ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ ਮੇਰੀ ਬੇਸ਼ੁਮਾਰ ਅਥਾਹ ਅਗਣਤੇ ਤੁਲੈ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਤਿਗੁਰ ਜੀ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਨ ਸਾਧ ਸੰਗਤ ਜੀ ਸਭ ਤੋਂ ਪ੍ਰਥਮ ਸਰਬੰਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੀਰ ਏ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਅਤੇ ਦਾਸ ਵੱਲੋਂ ਬੁਲਾਈ ਗੁਰਫਤਿਹ ਵਿੱਚ ਹਾਜ਼ਰੀ ਲਵਾਉਂਦਿਆਂ ਆਪੋ ਆਪਣੇ ਸੀਸ ਝੁਕਾਓ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਬਾ ਅਦਬ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਇਹ ਵਿਦਿਤ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਜੋ ਪਿਛਲੇ ਦਿਨੀ ਤਿੰਨੇ ਕਾਲੇ ਕਾਨੂੰਨ ਰੱਦ ਹੋਏ ਕਿਸਾਨੀ ਮੋਰਚੇ ਨੂੰ ਵਾਹਿਗੁਰੂ ਜੀ ਨੇ ਫਤਿਹ ਬਖਸ਼ੀ ਅਤੇ ਇਸ ਮੋਰਚੇ ਦੌਰਾਨ ਚਲਾਣਾ ਕੀਤੇ ਸਮੂਹ ਪ੍ਰਾਣੀਆਂ ਦੀ ਯਾਦ ਵਿੱਚ ਇਹ ਗੁਰਮਤਿ ਸਮਾਗਮ ਹੋ ਰਹੇ ਨੇ ਜਿਨ੍ਹਾਂ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਇੱਕ ਦੋ ਜ਼ਰੂਰੀ ਬੇਨਤੀਆਂ, ਜਿਨ੍ਹਾਂ ਸੰਗਤਾਂ ਨੇ ਗੁਰੂ ਕੇ ਲੰਗਰ ਜਾਂ ਚਾਹ ਪਾਣੀ ਛਕ ਲਿਆ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਜੀ ਦਾ ਦਰਬਾਰ ਸਜਿਆ ਹੈ ਅਤੇ ਆਪ ਜੀ ਗੁਰੂ ਜੀ ਦੇ ਦਰਬਾਰ ਵਿੱਚ ਆ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਜੋ ਗੁਰੂ ਕੀਆਂ ਸੰਗਤਾਂ ਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸਜੀਆਂ ਉਹਨਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਆਪ ਜੀ ਨੇ ਇਕਾਗਰਤਾ ਬਣਾ ਕੇ ਰੱਖਣੀ, ਹੋ ਸਕੇ ਆਪੋ ਆਪਣੇ ਜੋ ਫੋਨ ਹਨ ਉਹ ਬੰਦ ਕਰ ਲਿਓ ਜਾਂ ਸਾਈਲੈਂਟ ਮੂਡ 'ਤੇ ਲਾ ਲਓ, ਕਿਸੇ ਦੀ ਵੀ ਘੰਟੀ ਚੱਲਦੀ ਕਥਾ ਦੇ ਵਿੱਚ ਨਾ ਵੱਜੇ। ਇਹ ਦਾਸ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਸੁਨਿਮਰ ਬੇਨਤੀ ਹੈ। ਆਓ ਸੁਰਤ ਬਿਰਤ ਇਕਾਗਰ ਕਰੋ, ਦਾਸ ਨੂੰ ਅਸੀਸ ਬਖਸ਼ੋ ਤਾਂ ਜੋ ਕੁਝ ਕੁ ਵਚਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਦੇ ਆਪਾਂ ਰਲ ਮਿਲ ਕੇ ਸਾਂਝੇ ਕਰਨੇ ਨੇ, ਕਿਉਂਕਿ ਸਮੁੱਚੇ ਮੋਰਚੇ ਵਿੱਚ ਜੋ ਸਿੱਖਾਂ ਦਾ ਕਿਰਦਾਰ ਹੈ ਉਹ ਪੂਰੀ ਦੁਨੀਆ ਦੇ ਸਾਹਮਣੇ ਪ੍ਰਗਟ ਹੋਇਆ ਹੈ। ਸਮੇਂ ਸਮੇਂ 'ਤੇ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਆਪੋ ਆਪਣੇ ਤੌਰ ਤਰੀਕਿਆਂ ਦੇ ਨਾਲ ਮੀਡੀਆ ਨੂੰ ਕਾਬੂ ਵਿੱਚ ਕਰਕੇ ਸਿੱਖਾਂ ਦੇ ਕਿਰਦਾਰ 'ਤੇ ਧੱਬੇ ਲਾਏ, ਪਰ ਇਸ ਮੋਰਚੇ ਨੇ ਉਹ ਧੱਬਿਆਂ ਨੂੰ ਧੋ ਕੇ ਰੱਖ ਦਿੱਤਾ। ਸਿੱਖਾਂ ਨੇ ਦੱਸ ਦਿੱਤਾ ਕਿ ਖਾਲਸਾ ਰਾਜ ਕਿਹੋ ਜਿਹਾ ਹੁੰਦਾ ਹੈ, ਸਿੱਖ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ, ਇਹ ਸਿੱਖ ਦਾ ਸੁਭਾਅ ਸਿੱਖ ਦਾ ਕਿਰਦਾਰ
इस नूं गुरु की बाणी विचों मिलिया है, गुरु जी के इतिहास विचों मिलिया है। ये गल पूरे संसार के सन्मुख प्रगट हुई है। सो आओ इस तरह के विचार आप समय विच करन दा यतन करांगे। सजे पातशाह जी कृपा करन दास नूं कुछ बोलन दा ते आप जी नूं सुनन दा बल बख्शन। एक बार सारी संगत असीस रूप विच आखो जी सतनाम श्री गुरु नानक की वडियाई, गुरु नानक की वडियाई, गुरु नानक की वडियाई, गुरु नानक की वडियाई, गुरु नानक जपो जी गुरु नानक की वडियाई, गुरु नानक की वडियाई, गुरु नानक की वडियाई, गुरु नानक की वडियाई, गुरु नानक की प्रगट पाई सगले जुगे अंतर, प्रगट पाई सगले जुगे अंतर, वाहे गुरु वाहे गुरु वाहे गुरु वाहे गुरु जपो जी सारे वाहे गुरु 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 लगभग 350 धर्म हैं। सारिया का जो इतिहास पढ़ोंगे गुरु नानक देव सचे पातशाह जी के दर घर की विलखणता न्यारापन तुहाडे सन्मुख प्रगट होगा। इस घर में जो तुम झाती पाओगे साढ़े गुरु भी न्यारे ने ते गुरु का साजिया ये पंथ भी न्यारा है। साढ़े गुरु न्यारे जिन्होंने अपनिया देहां तो तोड़ के शब्द का बाणी का पला फड़ाया ते धन साहब श्री गुरु ग्रंथ साहब सचे पातशाह वह भी न्यारे सारे धर्मां दे धार्मिक ग्रंथ सत्कार योग आपो अपनी जगह ते
ਉਹ ਮੁਬਾਰਕ ਹਨ। ਪਰ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ ਉਹਨੂੰ ਲੁਕਾਇਆ ਅਤੇ ਛੁਪਾਇਆ ਨਹੀਂ ਜਾ ਸਕਦਾ। ਵੱਖ ਵੱਖ ਧਰਮਾਂ ਦੇ ਭਗਤ ਜਨ, ਭੱਟ ਸਾਹਿਬਾਨ, ਸਿੱਖਾਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਸ਼ੋਭਿਤ ਹੈ। ਗੁਰੂ ਵੀ ਨਿਆਰੇ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਨਿਆਰੇ ਅਤੇ ਗੁਰੂ ਦਾ ਖਾਲਸਾ ਪੰਥ ਵੀ ਨਿਆਰਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਹਦੇ ਹੁਕਮ ਵਿੱਚ, ਉਹਦੀ ਆਗਿਆ ਦੇ ਨਾਲ ਇਹ ਜਿਹੜਾ ਪੰਥ ਹੈ ਇਹਨੂੰ ਪ੍ਰਗਟ ਕੀਤਾ ਦਸਵੇਂ ਪਾਤਸ਼ਾਹ ਨੇ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਗੇ ਚੱਲੋ। ਇਹ ਘਰ ਦਾ ਇਤਿਹਾਸ ਵੀ ਵਿਲੱਖਣ, ਇਹ ਘਰ ਨੇ ਜਿਹੜਾ ਇਤਿਹਾਸ ਲਿਖਿਆ ਹੈ, ਆਮ ਦੁਨੀਆਂ ਦਾ ਇਤਿਹਾਸ ਉਹਨਾਂ ਨੇ ਕਾਲੀ ਸਿਆਹੀ ਨਾਲ ਲਿਖਿਆ ਹੈ, ਪਰ ਸਿੱਖਾਂ ਨੇ ਆਪਣਾ ਇਤਿਹਾਸ ਕੌਮੀ ਖੂਨ ਦੇ ਨਾਲ ਲਿਖਿਆ ਹੋਇਆ ਹੈ। ਅਤੇ ਸਾਡੀਆਂ ਸ਼ਹੀਦੀਆਂ ਵੀ ਨਿਆਰੀਆਂ, ਉਹ ਕਿਹੜਾ ਤਰੀਕਾ ਸੀ ਜੋ ਮੌਕੇ ਦੀਆਂ ਹਕੂਮਤਾਂ ਨੇ ਸਾਡੇ 'ਤੇ ਨਹੀਂ ਵਰਤਿਆ। ਕਿਸੇ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ, ਕਿਸੇ ਨੂੰ ਪਾਣੀ 'ਚ ਦੇਗਾਂ 'ਚ ਉਬਾਲ ਕੇ, ਕਿਸੇ ਨੂੰ ਰੂਹ ਵਿੱਚ ਬੰਨ੍ਹ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ, ਕਿਸੇ ਨੂੰ ਚਰਖੜੀਆਂ 'ਤੇ ਚਾੜ ਦਿੱਤਾ। ਫਿਰ ਜਿਹੜੀਆਂ ਟ੍ਰੇਨਾਂ ਦੀਆਂ ਨੀਹਾਂ ਸੀ ਉੱਥੇ ਸਿੱਖਾਂ ਨੂੰ ਸ਼ਹੀਦ ਕਰਤਾ, ਕਈਆਂ ਦੀਆਂ ਪੁੱਠੀਆਂ ਖੱਲਾਂ ਤਾਰ ਦਿੱਤੀਆਂ, ਨਿੱਕੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ। ਸ਼ਹੀਦੀਆਂ ਦੇਣ ਦੇ ਤਰੀਕੇ ਵੀ ਨਿਆਰੇ ਵਿਲੱਖਣ ਜੋ ਸਾਡੇ 'ਤੇ ਵਰਤੇ ਗਏ। ਹੋਰ ਅੱਗੇ ਚੱਲੋ, ਜੋ ਗੁਰੂ ਮਹਾਰਾਜ ਨੇ ਆਪਣੇ ਸਿੱਖ ਲਈ, ਆਪਣੇ ਸਿੱਖ ਲਈ ਪੀਣ ਦਾ ਪ੍ਰਬੰਧ ਕੀਤਾ ਉਹ ਵੀ ਨਿਆਰਾ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਏ ਸਭ ਤਿਖਾ ਬੁਝਾਈ। ਇਹਦੇ ਖਾਣ ਦਾ ਜਿਹੜਾ ਖਜ਼ਾਨਾ, ਜਿਹੜਾ ਪਦਾਰਥ ਗੁਰੂ ਮਹਾਰਾਜ ਨੇ ਦਿੱਤਾ ਉਹ ਵੀ ਨਿਆਰਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਜੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰੇ ਧਾਰੋ, ਤਮ ਸੰਸਾਰ ਚਰਨ ਲੱਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਇਹਦੇ ਰਹਿਣ ਵਾਸਤੇ ਆਨੰਦਪੁਰੀ ਹੈ, ਇਹਦੇ ਰਹਿਣ ਲਈ ਆਨੰਦਪੁਰੀ, ਇਹਦੇ ਸੌਣ ਲਈ ਮਾਛੀਵਾੜੇ ਦਾ ਜੰਗਲ। ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾ ਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦੇ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦੇ ਰਹਿਣਾ। ਹੋਰ ਅੱਗੇ ਚੱਲੋ, ਇਹ ਅਨੰਦਪੁਰ ਸਾਹਿਬ ਦਾ ਵਾਸੀ ਹੈ ਅਤੇ ਇਹਦਾ ਜਿਹੜਾ ਮਾਰਗ ਬਣਾਇਆ ਤੁਰਨ ਲਈ ਉਹ ਕਿਹੜਾ ਹੈ? ਉਹ ਗੋਬਿੰਦ ਮਾਰਗ ਹੈ। ਤੁਹਾਨੂੰ ਸਮਾਂ ਮਿਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਨੂੰ ਜਦੋਂ ਜਾਓਗੇ ਨਾ, ਸਾਬੋ ਕੀ ਤਲਵੰਡੀ ਨੂੰ, ਉਹ ਮਾਰਗ ਦਾ ਜਿਹੜਾ ਨਾਮ ਹੈ ਉਹ ਗੋਬਿੰਦ ਮਾਰਗ ਹੈ। ਅਤੇ ਉਹ ਜਿਹੜਾ ਮਾਰਗ ਹੈ ਉਹ ਇੱਟਾਂ ਨਾਲ, ਪੱਥਰਾਂ ਨਾਲ, ਲੁੱਕ ਨਾਲ, ਬਾਜਰੀ ਨਾਲ ਅਤੇ ਰੇਤੇ ਨਾਲ ਨਹੀਂ ਬਣਿਆ, ਉਹ ਸਿੱਖਾਂ ਨੇ ਆਪਣੇ ਸੀਸ ਦੇ ਕੇ ਉਹ ਮਾਰਗ ਬਣਾਇਆ ਹੋਇਆ ਹੈ। ਅਤੇ ਉਹਦੇ ਸਿੱਖ ਨੇ ਤੁਰਨਾ ਹੈ। ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਦੇ ਪੜ੍ਹਨ ਲਈ ਪਾਠਸ਼ਾਲਾ ਆਹ ਗੁਰੂ ਦੀ ਸੰਗਤ ਹੈ। ਇੱਥੇ ਤਿੰਨ ਉਪਦੇਸ਼ ਸਿੱਖ ਨੇ ਹਰ ਰੋਜ਼ ਦ੍ਰਿੜ ਕਰਨੇ ਨੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਇਹਦੇ ਜੀਵਨ ਜਿਉਣ ਦਾ ਆਧਾਰ ਗੁਰੂ ਕੀ ਬਾਣੀ ਹੈ। ਅਤੇ ਜਿਹੜਾ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਮੂਲ ਮੰਤਰ ਵਿੱਚ ਦਰਜ ਕਰ ਦਿੱਤਾ, ਇੱਕ ਓਅੰਕਾਰ ਸਤਨਾਮ, ਫਿਰ ਕਹਿੰਦੇ ਕਰਤਾ। ਜਦੋਂ ਕਰਤੇ ਦੀ ਬਾਤ ਆਉਂਦੀ ਹੈ ਨਾ, ਉੱਥੋਂ ਸਿੱਖ ਨੂੰ ਕਿਰਤ ਯਾਦ ਆ ਜਾਂਦੀ ਹੈ, ਕਿਰਤ, ਕਿਉਂਕਿ ਵਾਹਿਗੁਰੂ ਜੀ ਕਰਤਾ ਹੈ, ਉਹ ਸੰਸਾਰ ਨੂੰ ਬਣਾਉਣ ਵਾਲਾ ਹੈ। ਰੱਬ ਕੋਈ ਵਿਹਲਾ ਨਹੀਂ ਕਿ ਹੱਥ 'ਤੇ ਹੱਥ ਧਰ ਕੇ ਬੈਠਾ, ਉਹ ਹਰ ਰੋਜ਼ ਨਵੇਂ ਤੋਂ ਨਵਾਂ ਬਣਾ ਰਿਹਾ। ਜੋ ਨਵੇਂ ਤੋਂ ਨਵਾਂ ਬਣਾ ਰਿਹਾ ਉਹਦੀ ਝੋਲੀ 'ਚ ਹਰ ਰੋਜ਼ ਨਵੇਂ ਤੋਂ ਨਵਾਂ ਪਾ ਰਿਹਾ, ਪਾ ਵੀ ਰਿਹਾ।
ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਓ ਦੋਹੀ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਨਵੇਂ ਤੋਂ ਨਵਾਂ ਬਣਾ ਰਿਹਾ ਤੇ ਨਵੇਂ ਤੋਂ ਨਵਾਂ ਝੋਲੀ ਵਿੱਚ ਪਾ ਰਿਹਾ ਜਦੋਂ ਕਰਤਾ ਆਏਗਾ ਮੂਲ ਮੰਤਰ ਵਿੱਚ ਤਾਂ ਸਿੱਖ ਨੂੰ ਜਿੱਥੇ ਅਕਾਲ ਪੁਰਖ ਵਾਹਿਗੁਰੂ ਯਾਦ ਆਉਂਦਾ ਉੱਥੇ ਉਹਦਾ ਕੰਮ ਵੀ ਯਾਦ ਆਉਂਦਾ ਕਿ ਵਾਹਿਗੁਰੂ ਜੀ ਵੀ ਕਿਰਤ ਕਰਦੇ ਨੇ ਤੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਵੀ ਕਿਰਤ ਕਰਦੇ ਨੇ। ਅਗਲੀ ਬੇਨਤੀ ਕਰਕੇ ਫਿਰ ਮੁੜ ਕੇ ਇੱਥੇ ਆਉਣਾ। ਫਿਰ ਅੱਗੇ ਹੈ ਨਿਰਭਉ, ਜਿਹੜਾ ਸਿੱਖ ਹੈ ਨਾ ਜਦੋਂ ਨਿਰਭਉ ਨੂੰ ਜਪਦਾ ਇਹਦੇ ਸਾਰੇ ਡਰ ਮਿਟ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਣ। ਫਿਰ ਇਹ ਨਿਰਵੈਰ ਵੀ ਹੈ, ਜਿਹੜਾ ਵਾਹਿਗੁਰੂ ਹੈ ਇਹ ਉਹਦਾ ਗੁਣ ਹੈ ਨਿਰਵੈਰ, ਅਤੇ ਉਹੀ ਸਿੱਖ ਚ ਪਾਦਾ, ਅਤੇ ਜਿਹੜਾ ਸਿੱਖ ਹੈ ਉਹ ਵੀ ਨਿਰਵੈਰ ਹੈ। ਅਤੇ ਇਹ ਤਾਂ ਸਾਰਿਆਂ ਨੂੰ ਇੱਕ ਸੱਦਾ ਦਿੰਦਾ ਹੈ ਕਿ ਆਓ ਆਪਾਂ ਰਲ ਕੇ ਬੈਠੀਏ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਇਹ ਪੜ੍ਹਦਾ ਅਵਲ ਅਲਹਿ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵੈਰ ਕਿਸੇ ਨਾਲ ਨਹੀਂ, ਇਹ ਸਾਰਿਆਂ ਨੂੰ ਬਰਾਬਰ ਸਮਝਦਾ। ਇੱਕ ਬੇਨਤੀ ਹੋਰ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਨੇ ਨਾ ਜਦੋਂ ਸਾਰਿਆਂ ਨੂੰ ਇੱਕ ਕੀਤਾ, ਸਾਰਿਆਂ ਨੂੰ ਇੱਕ ਕੀਤਾ ਤਾਂ ਫਿਰ ਉੱਥੇ ਕਈ ਚੀਜ਼ਾਂ ਬੜੀਆਂ ਵਿਲੱਖਣ ਨੇ। ਸਭ ਤੋਂ ਪਹਿਲਾਂ ਇੱਕ ਇਸ਼ਨਾਨ, ਜੇ ਗੁਰੂ ਸਾਹਿਬਾਨਾਂ ਨੇ ਸਰੋਵਰ ਬਣਾਏ ਤਾਂ ਉੱਥੇ ਫਿਰ ਗੁਰੂ ਕੇ ਸਵਾਰੇ ਉਹ ਵੱਖ ਵੱਖ ਥਾਵਾਂ ਨਹੀਂ ਬਣਾਈਆਂ ਵੀ ਅਮੀਰ ਆਉਣ ਇੱਥੇ ਨਹਾਉਣ, ਗਰੀਬ ਆਉਣ ਇੱਧਰ ਨਹਾਉਣ, ਬਿਲਕੁਲ ਨਹੀਂ। ਉਹ ਸਰੋਵਰ ਸਾਰਿਆਂ ਵਾਸਤੇ ਸਾਂਝੇ ਨੇ। ਇੱਕ ਇਸ਼ਨਾਨ ਅਤੇ ਫਿਰ ਇੱਕ ਪਕਵਾਨ, ਜਿਹੜਾ ਗੁਰੂ ਕਾ ਲੰਗਰ ਹੈ ਉਹ ਵੀ ਇੱਕ ਹੀ ਹੈ। ਅਤੇ ਜਦੋਂ ਵੀ ਕੋਈ ਆ ਜਾਏ ਅਤੇ ਉਹਨੂੰ ਬਹਿ ਕੇ ਨਾ ਗੁਰੂ ਕੀ ਪੰਗਤ ਵਿੱਚ ਸਾਰਿਆਂ ਦੇ ਬਰਾਬਰ ਪ੍ਰਸ਼ਾਦਾ ਪਾਣੀ ਛਕਣਾ ਪੈਣਾ। ਅਤੇ ਅਕਬਰ ਨੇ ਛਕਿਆ ਸੀ, ਤੀਜੇ ਪਾਤਸ਼ਾਹ ਦੇ ਕੋਲ ਆਇਆ, ਗੁਰੂ ਮਹਾਰਾਜ ਜੀ ਕਹਿਣ ਲੱਗੇ ਅਕਬਰ ਆ ਪਹਿਲਾਂ ਆਪਾਂ ਬਹਿ ਕੇ ਪ੍ਰਸ਼ਾਦਾ ਛਕੀਏ। ਜਿੱਥੇ ਆਮ ਲੋਕ ਬੈਠੇ ਸੀ ਉੱਥੇ ਫਿਰ ਅਕਬਰ ਨੂੰ ਬਿਠਾ ਲਿਆ। ਜਦੋਂ ਤੁਸੀਂ ਯਹੂਦੀ ਧਰਮ ਨੂੰ ਪੜ੍ਹੋਗੇ ਨਾ ਉਹਦੇ ਵਿੱਚ ਇੱਕ ਬਾਤ, ਉਹ ਕਹਿੰਦੇ ਵੀ ਇਹ ਜਿਹੜੀ ਸਾਡੀ ਕੌਮ ਹੈ ਨਾ ਯਹੂਦੀਆਂ ਦੀ, ਇਹ ਅਹਿਲੇ ਕੌਮ ਹੈ ਵੀ ਸਭ ਤੋਂ ਪਰਾਸੀ ਆ। ਫਿਰ ਤੁਸੀਂ ਈਸਾਈਅਤ ਨੂੰ ਪੜ੍ਹੋ, ਉੱਥੇ ਵੀ ਆਹੀ ਬਾਤ ਹੈ ਵੀ ਜਿਹੜਾ ਸਾਡਾ ਧਰਮ ਹੈ ਨਾ ਵੀ ਬਸ ਇਹ ਤਾਂ ਸਭ ਤੋਂ ਉੱਪਰ ਹੈ, ਅਹਿਲੇ ਕੌਮ ਇਹ ਹੈ। ਫਿਰ ਤੁਸੀਂ ਇਸਲਾਮ ਵੱਲ ਆ ਜਾਓ, ਉੱਥੇ ਦੋ ਸ਼ਬਦ ਨੇ, ਇੱਕ ਮੋਮਨ ਇੱਕ ਕਾਫਰ, ਉਹ ਵੀ ਆਪਣੇ ਆਪ ਨੂੰ ਅਹਿਲੇ ਕੌਮ ਮੰਨਦੇ ਨੇ ਵੀ ਅਸੀਂ ਸਾਰਿਆਂ ਤੋਂ ਉੱਪਰ ਹਾਂ। ਫਿਰ ਆ ਜਾਓ ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ। ਉਦੋਂ ਸਮਾਜ ਦੇ ਤਿੰਨ ਦਰਜੇ ਸੀ, ਇੱਕ ਰਾਜੇ ਸੀ, ਇੱਕ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਸੀ, ਤੀਜੇ ਆਮ ਲੋਕ ਸੀ, ਤੀਜੇ ਆਮ ਲੋਕ ਸੀ। ਹੁਣ ਜਿਹੜੇ ਰਾਜੇ ਸੀ ਉਹ ਟੈਕਸ ਉਗਰਾਉਂਦੇ ਸੀ, ਉਹ ਟੈਕਸ ਦੋ ਜਗ੍ਹਾ 'ਤੇ ਵੰਡਿਆ ਜਾਂਦਾ, ਇੱਕ ਰਾਜੇ ਨੂੰ ਜਾ ਰਿਹਾ ਅਤੇ ਇੱਕ ਉਹ ਵਕਤ ਦੇ ਧਰਮੀ ਨੂੰ ਜਾ ਰਿਹਾ। ਜਿਹੜਾ ਧਰਮੀ ਹੈ ਉਹ ਵਕਤ ਦਾ ਹੁਕਮਰਾਨ, ਉਹ ਵਕਤ ਦਾ ਰਾਜਾ ਉਹਨੂੰ ਰੱਬ ਬਣਾ ਕੇ ਪੁਜਾ ਰਿਹਾ ਆਮ ਜਨਤਾ ਤੋਂ, ਅਤੇ ਜਿਹੜੇ ਧਰਮੀ ਲੋਕ ਨੇ ਉਹ ਰਾਜੇ ਨੂੰ ਨੇਹ ਕਲੰਕ ਅਵਤਾਰ ਕਹਿ ਰਹੇ ਨੇ। ਮਤਲਬ ਆਪਸ ਵਿੱਚ ਗੰਢ ਧੁੱਪ ਸੀ, ਉਹ ਉਹਨੂੰ ਨੇਹ ਕਲੰਕ ਅਵਤਾਰ ਕਹਿ ਰਹੇ ਹੈ ਰਾਜੇ ਨੂੰ, ਅਤੇ ਜਿਹੜੇ ਰਾਜੇ ਲੋਕ ਨੇ ਉਹਨਾਂ ਨੇ ਬ੍ਰਾਹਮਣ ਨੂੰ ਸਭ ਤੋਂ ਉੱਚੇ ਕਰ ਦਿੱਤਾ ਵੀ ਇਹ ਤੁਹਾਡਾ ਗੁਰੂ ਹੈ, ਬਸ ਇਹਦੀ ਪੂਜਾ ਕਰੀ ਜਾਓ, ਤੁਹਾਨੂੰ ਕੁਝ ਵੀ ਕਹੇ ਤਾਂ ਤੁਸੀਂ ਸਿਰ ਨਹੀਂ ਚੁੱਕਣਾ। ਪਰ ਗੁਰੂ ਨਾਨਕ ਮਹਾਰਾਜ ਨੇ ਕੀ ਕੀਤਾ, ਆਮ ਲੋਕਾਂ ਦੇ ਘਰਾਂ ਵਿੱਚ ਗਏ ਅਤੇ ਉਹਨਾਂ ਨੂੰ ਜਾ ਕੇ ਕਿਹਾ ਆਓ ਤੁਸੀਂ ਮੇਰੇ ਬਰਾਬਰ ਬੈਠੋ, ਤੁਸੀਂ ਮੇਰੇ ਬਰਾਬਰ ਬੈਠੋ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਅਤੇ ਰਾਜਿਆਂ ਦੇ ਬਰਾਬਰ ਗੁਰੂ ਮਹਾਰਾਜ ਨੇ ਆਮ ਲੋਕਾਂ ਨੂੰ ਬਿਠਾ ਦਿੱਤਾ। ਰਾਣਾ ਰੰਗ ਬਰਾਬਰੀ ਪੈਰੀ ਪਵਨਾ ਜੱਗ ਵਰਤਾਇਆ, ਭਾਈ ਗੁਰਦਾਸ ਉਹਨਾਂ ਦਾ ਵਚਨ ਹੈ। ਤਾਂ ਇੱਕ ਇਸ਼ਨਾਨ, ਇੱਕ ਭਗਵਾਨ ਅਤੇ ਇੱਕ ਧਿਆਨ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੁਖ ਹੈ ਦਾਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ।
पर एक ज्ञान जिहड़ा गुरबाणी का फलसफा है पावन गुरबाणी का खजाना सब नू हक है ये बाणी नू प्यार नाल पढ़े बाणी नू प्यार नाल पढ़े। धन साहब श्री गुरु ग्रंथ साहब सच्चे पातशाह पूरी मनुखता दे गुरु ने केवल सिखां दे नहीं ये वडियाई है गुरु महाराज की कि पूरी मनुखता दे गुरु ने खत्री ब्राह्मण सूद वैस उपदेश चौ वर्णा को सांझा एक ज्ञान ते एक ध्यान अगे चलो फिर एक भगवान एक रब ते एक इंसान के सारे इंसान इको जहे ने क्योंकि जोत सब दे अंदर बराबर है सब मैं जोत जोत है सोए तिसदै चानन सब मैं चानन होए मुड़ के फिर उत्थे आ जाओ करता जो करते वाला गुण सिख पढ़द तो यह किरत करद पर इहदी किरत विच की है इहदी किरत विच पहली गल है कीर्ति सिख कल्ली किरत नहीं करता नाल रब की कीर्ति करद ते सिख की किरत सच्ची सुखी है उदम करेंद्या जियो तू कमावद्या सुख भुंज ध्याएद्या तू प्रभु मिल जन नानक पुत्री चिंत सिख ना तो किसी का हक खांद ते ना किसी नूं अपना हक दंदा इतिहास विचों कुछ पन्ने ने धन साहब श्री गुरु अर्जुन देव सच्चे पातशाह जी उन्हां दे दरबार विच एक सिख आया कहिंदा पातशाह जी धर्म ते धंदा तुसीं इकट्ठा करता ते इहदे मैनूं प्रतख दर्शन करा दिओ जो तुसीं उपदेश संगतां नूं दिंदे हो कोई इस तरह का सिख तुहाडा होवे कि मैनूं प्रतख दर्शन कराओ उहदे। गुरु महाराज जी कहिण लगे भाई तेनू मांगट पिंड जाना पैना उत्थे मेरा एक सिख है भाई बनो उहदे कोल जा। गुरु महाराज ने हुक्मनामा लिख के देता ते जदों वो सिख भाई बनो दे कोल पहुंचिया उहनू इतिहास विच भाई बनो मांगट कहिंदे ने उहदे नाम दी इक बीड भी है वखरा इतिहास है पुत्र नहीं जाना। तां वो वक्त भाई बनो सौदा तोड़ रहा है जिहड़ा ग्राहक है दो पैसे तो अड़ी बन गई दुवांच भाई बनो कहना भी दो पैसे घट ने वो दे जिहड़ा ग्राहक है वो दो पैसे दे नहीं रहा तो जिहड़ा सिख भेजिया सी वो सारा नज़ारा वेख रहा है भी जिहदे कोल महाराज ने मैनूं भेजिया है ये तो बंदा दो पैसों ते अड़ी करी बैठा है दो पैसों ते अड़ गया तो दो पैसे नहीं छड़ रहा। तो जो गलबात मुकी उन्हें महाराज का हुक्मनामा फड़ाता भाई बनो ने सच्चे पातशाह जी की लिखत को अपने मत्थे नाल ला लिया भी मेरे हजूर ने मेरे वल भेजे है तो उन्होंने बड़े आदब के नाल अपने घरे लेके गया उहदी पुज के सेवा की फिर पूछया जी कुछ होर कहिंदे हाँ है कि कहना मैं इशनान करना पर मेरी शर्त है मैं पानी नाल इशनान नहीं करता हुंदा मैं देसी घी नाल इशनान करना है। देखो उन्हें भी कसौटी रखती जिहड़ा दो पैसे पिछे अड़िया सी ना कहना भी कंजूस बंदा है सूम बंदा है हुण परख तां लईए इहनूं महाराज ने भेजिया इहदे कोल कहना मैं जदों इशनान करदा मैं तां जी देसी घी नाल इशनान करना वो कहिंदा सत वचन कोई गल ही नहीं उहने पीपे रखते देसी घी दे बाथरूम विच ते दो गड़ दियां कढ़ियां जिहड़ी फटड़ी पई सी उहदे डोलतीआं पहले ही इशनान करन तों झाड़ू चक्किआ सारी जगह साफ करके पानी की जगह ते की पाता सिख ने भाई बनो ने तां उह सिख कहण लगे कहिंदा रुक मैं घी नाल इशनान नहीं करना मैं तां तेरी परखना करनी सी बस तैनूं मैं इन्नी पुछणा भी जदों मैं तैनूं दुकान ते वेख्या उदों तूं दो पैसे पिछे अड़ी करी बैठा सी इत्थे दो देसी घी दियां गड़बियां तां ऐ बाथरूम साफ करन वास्ते डोलतीआं ते घी दे पीपे रखते ते सिख ने फिर बड़ा प्यारा जवाब दिता सी कहिंदा ओह मेरा धंदा है आ मेरा धर्म है ओह मेरा धंदा आ मेरा धर्म है जे धंदे विच मैं खरा ना उतरां मैं अपना धर्म भी खरा कमा नहीं सकदा ते सिख है ही ओह जिहड़ा ना तां अपना हक किसी नूं दिंदा है ते ना किसी का हक खांदा है बल्कि तो हकां लई लड़दा है ये हकां लई लड़दा है केवल अपने हकां लई नहीं लड़दा पूरी मनुखता दे हकां लई ये लड़दा है।
पूरी मनुखता दे हकां लई लड़दा है ਉਹ ਦੇਸ਼ ਜਿੱਥੇ ਇਹ ਸਾਰਾ ਕੁਝ ਸਾਡੇ ਤੇ ਹੋਇਆ ਉੱਥੇ ਕਦੇ ਗੁਲਾਮ ਵੰਸ ਆਇਆ ਫਿਰ ਤੁਗਲਕ ਆਏ ਫਿਰ ਲੋਧੀ ਆਏ ਇਬਰਾਹਿਮ ਲੋਧੀ ਦਾ ਰਾਜ ਸੀ ਗੁਰੂ ਨਾਨਕ ਮਹਾਰਾਜ ਦੇ ਵੇਲੇ ਤੇ ਫਿਰ ਮੁਗਲ ਆਏ ਇਹਦੇ 18 ਰਾਜੇ ਸੀ ਲਗਭਗ 48 ਰਾਜਿਆਂ ਨੇ ਰਾਜ ਕੀਤਾ ਕਦੇ ਸਮਾਂ ਬਣੇ ਭਾਈ ਕਾਨ ਸਿੰਘ ਨਾਭਾ ਉਹਨਾਂ ਦਾ ਮਹਾਨ ਕੋਸ਼ ਚੁੱਕ ਕੇ ਇੰਦਰਾਜ ਪੜੇ ਉਹਦੇ ਵਿੱਚ ਜਿਹੜਾ ਹੈ ਕਿ ਭਾਰਤ ਉੱਪਰ ਵਿਦੇਸ਼ੀ ਰਾਜਿਆਂ ਦਾ ਰਾਜ ਇਹ ਕੱਢ ਲਿਓ ਅਤੇ ਉਹਦੇ ਵਿੱਚ ਇਹ ਸਾਰੀ ਲਿਖਤ ਹੈ ਕਿ 48 ਰਾਜਿਆਂ ਨੇ ਸਮੇਂ ਸਮੇਂ 'ਤੇ ਰਾਜ ਉਹਦੇ ਉੱਪਰ ਕੀਤਾ ਪਰ ਉਹ ਰਾਜ ਦੀਆਂ ਜੜ੍ਹਾਂ ਪੁੱਟਣ ਵਾਲਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਹੈ ਹੋਰ ਕਿਸੇ ਤੋਂ ਉਹਦੀਆਂ ਜੜ੍ਹਾਂ ਨਹੀਂ ਸੀ ਪੁੱਟ ਹੋਈਆਂ ਡਾਕਟਰ ਸੀਤਾ ਭੱਟਾ ਭਾਈ ਸੀਤਾ ਰਾਮ ਇਹਨੇ ਕਾਂਗਰਸ ਦਾ ਇਤਿਹਾਸ ਲਿਖਿਆ ਹੈ ਉਹਦੇ ਵਿੱਚ ਉਹ ਲਿਖਦਾ ਹੈ ਕਿ 1947 ਤੋਂ ਪਹਿਲਾਂ ਪਾਕਿਸਤਾਨ ਭਾਰਤ ਅਤੇ ਬੰਗਲਾਦੇਸ਼ ਤਿੰਨੇ ਇਕੱਠੇ ਸੀ ਅਤੇ ਇਹਨਾਂ ਦੀ ਜਿਹੜੀ ਆਬਾਦੀ ਹੈ ਉਹ ਵਕਤ ਲਗਭਗ 45 ਕਰੋੜ ਹੈ ਅਤੇ ਉਹਦੇ ਵਿੱਚ ਜਿਹੜੀ ਸਿੱਖਾਂ ਦੀ ਆਬਾਦੀ ਹੈ ਲਗਭਗ 1 ਕਰੋੜ ਹੈ ਅਤੇ ਉਹ ਵਕਤ ਦੇ ਹਿੰਦੂਆਂ ਨੇ ਸਿੱਖਾਂ 'ਤੇ ਵਿਸ਼ਵਾਸ ਕੀਤਾ ਕਿਉਂ ਕਿਉਂਕਿ ਗੁਰੂ ਸਾਹਿਬਾਨਾਂ ਦੇ ਪਾਏ ਪੂਰਨੇ ਉਹਨਾਂ ਦੇ ਸਾਹਮਣੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਹਮਣੇ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਚੱਲਿਆ ਖੰਡਾ ਵੀ ਉਹਨਾਂ ਦੇ ਸਾਹਮਣੇ ਸੀ ਸਿੱਖਾਂ ਨੂੰ ਅੱਗੇ ਲਾ ਲਿਆ ਕਿ ਸਿੱਖੋ ਆਜ਼ਾਦੀ ਦਵਾਓ ਕਿਉਂਕਿ ਤੁਹਾਡੇ ਤੋਂ ਬਿਨਾਂ ਕੋਈ ਆਜ਼ਾਦੀ ਦਵਾ ਨਹੀਂ ਸਕਦਾ ਉਹ ਵਕਤ ਫਿਰ ਕੀ ਹੋਇਆ ਗੁਰੂ ਕੇ ਸਵਾਰਿਓ ਜੇ ਤੁਸੀਂ ਅੰਕੜੇ ਪੜ੍ਹੋ 121 ਬੰਦੇ ਫਾਂਸੀ ਲਾਏ ਜਿਹਦੇ ਵਿੱਚ 93 ਸਿੱਖ 2647 ਕਾਲੇ ਪਾਣੀ ਭੇਜੇ 2147 ਸਿੱਖ 1300 ਸ਼ਹੀਦ ਹੋਇਆ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਜਿਹਦੇ ਵਿੱਚ ਲਗਭਗ 900 ਸਿੱਖ ਆਬਾਦੀ 2% ਸ਼ਹੀਦੀਆਂ 93% ਆਬਾਦੀ 2% ਅਤੇ ਸ਼ਹੀਦੀਆਂ 93% 10 ਮਾਰਚ 1931 ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਇੱਥੇ ਰੁਕਣਾ ਥੋੜ੍ਹਾ ਜਿਹਾ ਰੁਕੋ ਹੁਣ ਇੱਥੇ ਸੀਸ ਗੰਜ ਸਾਹਿਬ ਕੀ ਹੈ 10 ਮਾਰਚ 1783 ਨੂੰ ਸਿੱਖਾਂ ਨੇ ਜਾ ਕੇ ਲਾਲ ਕਿਲੇ ਦੀ ਹਿੱਕ 'ਤੇ ਖਾਲਸੀ ਝੰਡਾ ਚੜ੍ਹਾਤਾ ਪਰ ਚੜ੍ਹਾਉਣ ਤੋਂ ਪਹਿਲਾਂ 3-4 ਦਿਨ ਖਾਲਸੀ ਫੌਜਾਂ ਲਾਲ ਕਿਲੇ ਦੇ ਆਲੇ ਦੁਆਲੇ ਨੇ ਕਿਤੋਂ ਦਾਣਾ ਲੱਗੇ ਅਤੇ ਫਿਰ ਜਿਹੜੀ ਪਿਛਲੀ ਕੰਧ ਸੀ ਨਾ ਉਹਦੇ ਵਿੱਚ ਮਹੋਰਾ ਕੱਢ ਲਿਆ ਅੱਜ ਵੀ ਦਿੱਲੀ ਜਦੋਂ ਤੁਸੀਂ ਜਾਓਗੇ ਬੱਸਾਂ 'ਤੇ ਲਿਖਿਆ ਹੁੰਦਾ ਮੋਰੀ ਗੇਟ ਇਹ ਕਿਹੜਾ ਇਲਾਕਾ ਜੀ ਮੋਰੀ ਗੇਟ ਇਹ ਸਿੱਖਾਂ ਦੇ ਇਤਿਹਾਸ ਦੀ ਵਿਲੱਖਣਤਾ ਹੈ ਇਹ ਉਹੀ ਇਲਾਕਾ ਹੈ ਜਦੋਂ ਲਾਲ ਕਿਲੇ ਦੀ ਕੰਧ ਵਿੱਚੋਂ ਪਿੱਛੋਂ ਮਘੋਰਾ ਕੱਢਿਆ ਸੀ ਉਹ ਇਲਾਕੇ ਦਾ ਨਾਮ ਹੈ ਮੋਰੀ ਗੇਟ ਅਤੇ ਸਿੱਖਾਂ ਨੇ ਮਘੋਰਾ ਕੱਢ ਕੇ ਨਾ ਲਾਲ ਕਿਲੇ ਦੀ ਹਿੱਕ 'ਤੇ ਖਾਲਸੀ ਨਿਸ਼ਾਨ ਚੜ੍ਹਾਤਾ ਅਤੇ ਉੱਥੇ ਦਿੱਲੀ ਦੀ ਧਰਤੀ ਵਿੱਚ ਇੱਕ ਪੁਲ ਦਾ ਨਾਮ ਹੈ ਪੁਲ ਮਠਿਆਈ ਉਹ ਵੀ ਸਿੱਖਾਂ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਇੰਨੀ ਮਠਿਆਈ ਵੰਡੀ ਸਿੱਖਾਂ ਨੇ ਇੰਨੀ ਵਡਿਆਈ ਵੰਡੀ ਉਹ ਪੁਲ 'ਤੇ ਕਿ ਉਹ ਪੁਲ ਦਾ ਨਾਮ ਹੀ ਪੁਲ ਮਠਿਆਈ ਪੈ ਗਿਆ ਫਿਰ ਤੀਸਰਾ ਹੈ 30,000 ਕੋਟ ਬਾਬਾ ਬਘੇਲ ਸਿੰਘ ਉਹ ਫੌਜਾਂ ਨੂੰ ਲੈ ਕੇ ਉੱਥੇ ਉਤਰਿਆ ਸੀ ਅਤੇ ਮੌਕੇ ਦੀ ਹਕੂਮਤ ਉਹ ਵਕਤ ਸਿੱਖਾਂ ਨੂੰ 1 ਪੈਸੇ ਵਿੱਚੋਂ 35% ਟੈਕਸ ਦਿੰਦੀ ਸੀ ਇਹ ਸਾਡੇ ਰਾਜ ਦੀਆਂ ਗੱਲਾਂ ਨੇ ਜਦੋਂ ਅਸੀਂ 1 ਸੀ ਸਾਹ ਆਲਮ ਅੱਗੇ ਆਇਆ ਆ ਕੇ ਕਹਿਣ ਲੱਗਿਆ ਸਿੱਖੋ ਵੀ ਤੁਹਾਨੂੰ ਮੈਂ ਵੇਖਿਆ ਤੁਸੀਂ ਦਿੱਲੀ ਦਾ ਕਿਲ੍ਹਾ ਫਤਿਹ ਕਰ ਲਿਆ ਅਤੇ ਖੂਨ ਕਿਸੇ ਦਾ ਨਹੀਂ ਡੋਲਿਆ ਦਿੱਲੀ ਨੂੰ ਜਿੱਤਣ ਵਾਸਤੇ ਬੜੇ ਜਰਬਾਨੇ ਆਏ ਅਬਦਾਲੀ ਵੀ ਆਇਆ ਮੁਹੰਮਦ ਗੌਰੀ ਵੀ ਆਇਆ ਪਾਣੀਪਤ ਦੀ ਤੀਸਰੀ ਲੜਾਈ ਹੈ 1761 ਦੀ ਇੰਨਾ ਖੂਨ ਵਹਾਇਆ ਗਗਨ ਪਾਕਿਸਤਾਨੀ ਲਿਖਦਾ ਹੈ ਕਹਿੰਦਾ ਇੱਥੇ ਹਿੰਦੁਸਤਾਨ ਦੀ ਪੱਤ ਪਾਣੀ ਪਾਣੀ ਹੋਈ ਸੀ ਹਿੰਦੁਸਤਾਨ ਦੀ ਪੱਤ ਪਾਣੀਪਤ ਵਿੱਚ ਪਾਣੀ ਪਾਣੀ ਹੋਈ ਸੀ ਜਿਹੜਾ ਵੀ ਜਰਵਾਣਾ ਚੜ੍ਹ ਕੇ ਆਉਂਦਾ ਸੀ ਉਹ ਕੁੱਟਦਾ ਵੀ ਸੀ ਉਹ ਲੁੱਟਦਾ ਵੀ ਸੀ ਅਤੇ ਧੀਆਂ ਭੈਣਾਂ ਦੀ ਬੇਪੱਤੀ ਕਰਦਾ ਸੀ ਉਹਨਾਂ ਦੇ ਨੱਕ 'ਚ ਜੇ ਨਕੇਲ ਪਾਈ ਹੈ ਤਾਂ ਉਹ ਸਿੰਘ ਸੂਰਮਿਆਂ ਨੇ ਪਾਈ ਹੈ ਸਾਹ ਆਲਮ ਕਹਿਣ ਲੱਗਿਆ ਤੁਹਾਡੇ 'ਚ ਲੁਟੇਰਾ ਕੋਈ ਨਹੀਂ ਉਹ ਡਾਕੂ ਕੋਈ ਨਹੀਂ
खिच तू कोई नहीं करी कीती, बेपत्ती तुसी नहीं कीती, ते तुसी खून कोई नहीं डोलिया, इत्थे करन की आए हो। कहते आही तां भुलेख है ना, सिख जदों भी किथे जांदा है उत्थे लुट्टण नहीं जांदा, कुट्टण नहीं जांदा, बल्कि वह लोगों नूं कुछ देण वास्ते जांदा है। दिल्ली दी धरती अज तां वसदी है जे उत्थे गुरद्वारा सीसगंज साहिब है। दिल्ली दी धरती तां है जे गुरद्वारा सीसगंज साहिब है। तिलक जंजू राखा प्रभ ताका, कीनो बड़ो कलू मैं साका, धर्म हेत साका जिन किया, सीस दिया पर सिर ना दिया, सीस दिया पर सिर ना दिया। ता वो कहन लगे आसी दिल्ली तो कुछ खोण नहीं आए, असीं तां दिल्ली नूं देण आया। ते दत्ता की गुरद्वारा सीसगंज साहिब, वो स्थान प्रगट कीते खालसे ने, सरदार जस्सा सिंह आलूवालिया, सरदार जस्सा सिंह रामगढ़िया, सरदार महा सिंह बाबा बघेल सिंह गुर अस्थाना की सेवा कराई। गुरद्वारा रकाबगंज साहब, गुरद्वारा बाला साहब, ये सारे अस्थाना की वो वक्त खालसे ने सेवा कराई। तो दस दत्ता कि खालसे का राज किहो जिहा होंदा है। एक बेनती होर, अबदाली का अठवां हमला सी, अबदाली का अठवां हमला सी, वह वक्त उन्हें लाहौर के निवासियों को इकट्ठे कर लिया। पहला भी आता सी तो जो लुट के जाता सी ना, तो मुड़ के सिखां दा दा लगता सी, अपनी हुकूमत बना लेंदे सी। उन्हें इकट्ठे कर ले लाहौर के निवासी, कहन लग्या मैनू आए दसो भी तुहाडे विचों किहड़े लोग ने जिहड़े चंगा राज कर सकदे। आम लोगों की आवाज़ सी कहिंदे जी भी सिखां दा राज है, खास करके भाई लहना सिंह ते भाई गुजर सिंह, ये दो सिख ऐसे ने, ऐसी हुकूमत करते ने, ऐसा राज करते ने, उन्हां दे राज विच सारियां नूं हक है कि वह मसीत जा सकता है, सारियां नूं हक है वह मत्थे ते टिक्का ला सकता है, ते जिहड़ी धी भैन है वह आजाद घूम सकती है, तो ना कोई लुट है ना कोई खोह है। वो वक्त भाई लहना सिंह ते भाई गुजर सिंह उन्हां कोल खेलत भेजती अबदाली ने, सुके मेवे भेजते, मतलब उन्हां नूं खरीदना चाहिया सी, खरीदना चाहिया कि तुहानूं राज दे दिंदे आ जाओ। वो वक्त उन्होंने सारा कुछ मोड़ता, तो फिर जवाब दिता सी अबदाली, समा आऊगा खालसा अपना राज बनाऊगा, तेरा दत्ता राज असी नहीं लैना, क्योंकि तेरा दत्ता राज ले लिया तो धौण तेरे अगे नीवी करनी पेगी। खालसा किसी के अगे अपनी धौण नीवी नहीं करता, असी आम छोले खा के पानी पी के अपना समा गुजार सकते हैं, घोड़िया दिया काठिया ते रह के रहन वसीबा कर सकते हैं, जंगलों च रह के जीवन गुजार सकते हैं, पर तेरा दत्ता राज असी नहीं लैना। महाराजा रणजीत सिंह का राज 1800 के करीब होंगे। बाबा साहिब सिंह बेदी 12 मिसलां भंग करके महाराजा रणजीत सिंह का राज कायम किया। जो तो महाराजा रणजीत सिंह का राज आया, तुसी इतिहास पढ़ने वाले बैठे हो, तो उहदे अगे एक इतिहास है किहदा, मीर मन्नू का। 1752 की घटना है जी, निक्के निक्के बच्चियां दे टोटे करके गलां च हार पाए गए सी, ते उन्हां दे अगे एक इतिहास है बाबा बंदा सिंह बहादुर दा, सन 1716 उन्हां दे 4 साला पुत्र बाबा अजय सिंह दा दिल कट के धन बाबा बंदा सिंह बहादुर दे मूँह विच तुन दित्ता सी। पर जदों महाराजा रणजीत सिंह दा राज आया, उन्हें की कीता, उन्हें बदलाखोरी नीति नहीं अपनाई, कर सकता सी नहीं किया। जाकरीए ने जो कुछ किया, मीर मन्नू ने जो कुछ किया, जो कुछ बाबा बंदा सिंह बहादुर दे होया, वो समा सारा सामने है, पर महाराजा रणजीत सिंह ने ऐसा नहीं किया। बल्कि उन्हां दा हुक्म सी कि किसी भी धार्मिक अस्थान के उपर किसी ने हमला नहीं करना, तो उन्हां दी फौज विच जिहड़े करिंदे सी ना, वो अंग्रेज भी सी, मुसलमान भी सी, हिंदू भी सी, ते सिख भी सी। अगला हुक्म सी कि किसी लाइब्रेरी दीआं पुस्तकां नूं फौजां ने नहीं साड़ना, फौजां ने
नहीं साड़ना। लाहौर दे विच काल पै गया ते महाराजा रणजीत सिंह ने अपने खजाने खोलते, आओ जिहनूं जो कुछ चाहीदा उह लै जाओ। लोग आउण लग गए, उहनां विच इक बजुर्ग है नाल, उहदे बच्चा है निक्का बच्चा, उहने अपना कपड़ा बछा दिता ते आके कहण लग्या, कहिंदा वी सारा भर दे। उह कहण लग्या, बापू जी वी तुहाडे तों चुकिया नहीं जाणा। उह कहण लग्या, नहीं मैं कित्थे बार बार गेड़े लाऊंगा, आए करो जिन्नी ये पल्ली बछाई है कपड़ा बछाया इहनूं भर दो। जदों हुण गंढ मार ली, बजुर्ग तों चक्की ना जावे, नौजवान कोल आया, आके कहण लग्या, बाबा जी तुहाडा जुस्सा तुहाडा शरीर कमजोर है, आए करो भी ये पंड मैनू चुका दो, ये पंड मैनू चुका। अपना जिहड़ा सिर सी उह नौजवान ने कज्जिया होया सी, पंड चक्की बजुर्ग नूं नाल लिया, बच्ची नूं नाल लिया ते लिजा के उहदे घर विच जदों पंड रखी, कपड़ा उतारिया, उह महाराजा रणजीत सिंह सी। बजुर्ग कहण लग्या, आ की कीता महाराजा, पंड चक्कण नाल ਉਹ ਤੇਰੀ ਕਲਗੀ ਫਿਸ ਗਈ, ਕਲਗੀ ਹੇਠਾਂ ਆ ਗਈ। ਮਹਾਰਾਜੇ ਦਾ ਬਚਨ ਸੀ। ਕਹਿਣ ਲੱਗਿਆ, ਬਜ਼ੁਰਗੋ ਜੇ ਪੰਡਾਂ ਚੱਕ ਕੇ ਮੇਰੀ ਕਲਗੀ ਫਿਸਦੀ ਹੈ, ਤੁਹਾਡੇ ਵਰਗੇ ਗਰੀਬਾਂ ਦੀ ਸੇਵਾ ਕਰਕੇ ਮੇਰੀ ਕਲਗੀ ਫਿਸਦੀ ਹੈ, ਮੈਨੂੰ ਖੁਸ਼ੀ ਹੈ, ਤੁਹਾਡੀ ਸੇਵਾ ਕਰ ਲਵਾਂ, ਇਸ ਤਰ੍ਹਾਂ ਦੀਆਂ ਅਨੇਕਾਂ ਕਲਗੀਆਂ ਮੈਂ ਆਪਣੇ ਸਿਰਾਂ 'ਤੇ ਲਾ ਸਕਦਾ, ਪਰ ਮੇਰੇ ਰਾਜ ਵਿੱਚ ਤੁਹਾਡੇ ਵਰਗੇ ਲੋਕ ਭੁੱਖੇ ਸੌਣ, ਮੇਰੀਆਂ ਕਲਗੀਆਂ ਲਾਈਆਂ ਦਾ ਕੀ ਫਾਇਦਾ। ਉਹਦੇ ਰਾਜ ਵਿੱਚ ਹੀ ਇੱਕ ਮਾਈ ਆਪਣੇ ਬੱਚੇ ਨੂੰ ਝੋਲੀ ਪਾ ਕੇ ਲੋਰੀ ਦੇ ਰਹੀ ਹੈ, ਆਕੜ ਦੇ ਮੁੰਡਿਆ ਆਕੜ, ਮਹਾਰਾਜਾ ਰਣਜੀਤ ਸਿੰਘ ਤੇਰਾ ਚਾਕਰ। ਬਹੁਤ ਧਿਆਨ ਲਾ ਕੇ ਸੁਣਿਓ, ਆਪਣੇ ਬੱਚੇ ਨੂੰ ਲੋਰੀ ਦੇ ਰਹੀ ਹੈ ਇੱਕ ਮਾਂ, ਝੋਲੀ 'ਚ ਪੁੱਤ ਪਾਇਆ, ਆਕੜ ਦੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ। ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਭੱਜੀ ਭੱਜੀ ਆਈ। ਕੀ ਕਹਿ ਰਹੀ ਹੈ? ਗਰੀਬ ਮਾਂ ਆਪਣੇ ਪੁੱਤ ਨੂੰ ਕਹਿ ਰਹੀ ਹੈ, ਕਹਿਣ ਲੱਗੀ, ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਤੂੰ ਗਰੀਬਾਂ ਦੇ ਘਰ ਵਿੱਚ ਪੈਦਾ ਹੋਇਆ ਨਹੀਂ, ਕਿਉਂਕਿ ਹੁਣ ਖਾਲਸੇ ਦਾ ਰਾਜ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਅਤੇ ਉਹ ਤੇਰਾ ਚਾਕਰ ਹੈ, ਉਹ ਤੇਰਾ ਸੇਵਕ ਹੈ, ਅਤੇ ਜਿਹੜੀ ਉਹਦੀ ਸੱਸ ਹੈ ਸਦਾ ਕੌਰ, ਉਹ ਤੇਰੀ ਦਾਈ ਹੈ, ਤੂੰ ਕਾਹਤੋਂ ਘਬਰਾਈ ਜਾ ਰਹੀ ਹੈ। ਅਤੇ ਜਿਹੜੀ ਮਹਿਤਾਬ ਕੌਰ ਹੈ ਉਹ ਰਾਣੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਕਹਿੰਦੇ ਉਹ ਤੇਰੀ ਦਾਈ ਹੈ, ਘਬਰਾ ਨਾ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਭੱਜੀ ਭੱਜੀ ਆਈ। ਇੱਕ ਅਹਿਰਕਾਰ ਨੇ ਇਹ ਜਿਹੜੀ ਲੋਰੀ ਸੀ ਸੁਣ ਲਈ, ਮਾਈ ਨੂੰ ਨਾਲ ਲਿਆ ਅਤੇ ਲੈ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਕੋਲ। ਅਤੇ ਅੱਜ ਵੀ ਲਾਹੌਰ ਕਿਲ੍ਹੇ ਵਿੱਚ ਜਾਓ, ਉੱਥੇ ਦੋ ਅਸਥਾਨ ਬਣੇ ਨੇ, ਦੋ ਸਥਾਨ ਨੇ ਉੱਥੇ ਜਿੱਥੇ ਆਮ ਲੋਕ ਬਹਿੰਦੇ ਸੀ ਅਤੇ ਖਾਸ ਲੋਕ ਬਹਿੰਦੇ ਸੀ, ਦੀਵਾਨੇ ਆਮ ਅਤੇ ਦੀਵਾਨੇ ਖਾਸ। ਉਹ ਮਾਈ ਨੂੰ ਖੜ੍ਹਾ ਕਰ ਦਿੱਤਾ ਅਤੇ ਅਹਿਲਕਾਰ ਬੋਲਿਆ, ਕਹਿੰਦਾ ਜੀ ਇਹਨੇ ਆਹ ਲੋਰੀ ਪਾਈ ਹੈ। ਮਹਾਰਾਜ ਕਹਿੰਦੇ, ਤੂੰ ਚੁੱਪ ਕਰ, ਮੈਂ ਆਪ ਸੁਣਨੀ ਹੈ ਲੋਰੀ। ਕਹਿੰਦੇ, ਬੀਬੀ ਜੀ ਚਲੋ ਲੋਰੀ ਪਾਓ, ਬੇਖੌਫ ਹੋ ਕੇ ਪਾਓ, ਡਰਨਾ ਨਹੀਂ ਕਿਸੇ ਤੋਂ। ਉਹ ਫਿਰ ਬੋਲੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ। ਨਾਲੇ ਉਂਗਲੀ ਕਰਦੀ ਹੈ ਮਹਾਰਾਜੇ ਵੱਲ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਭੱਜੀ ਭੱਜੀ ਆਈ। ਆਹ ਗੱਲ ਕਹਿਣ ਦੀ ਦੇਰ ਸੀ, ਮਹਾਰਾਜਾ ਰਣਜੀਤ ਸਿੰਘ ਨੇ ਆਸਣ ਛੱਡਿਆ, ਅੱਖਾਂ 'ਚ ਹੰਝੂ ਸੀ ਉਹਦੇ, ਆ ਕੇ ਹੱਥ ਜੋੜ ਲਏ, ਕਹਿੰਦਾ ਬਾਜਾ ਵਾਲਿਆ ਅੱਜ ਮੈਂ ਬੜਾ ਖੁਸ਼ ਹਾਂ, ਬਾਜਾ ਵਾਲਿਆ ਅੱਜ ਮੈਂ ਬੜਾ ਖੁਸ਼ ਹਾਂ, ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਗਰੀਬ ਲੋਕ ਵੀ ਤੇਰੇ ਰਾਜੇ ਨੂੰ ਅੱਜ ਆਪਣਾ ਚਾਕਰ ਕਹਿ ਰਹੇ ਨੇ, ਇਹ ਗੱਲ ਸੁਣ ਕੇ ਮੈਂ ਬੜਾ ਖੁਸ਼ ਹਾਂ, ਇਹ ਸੀ ਖਾਲਸਾ ਰਾਜ। ਫਿਰ ਆ ਜਾਓ ਬਾਬਾ ਬੰਦਾ ਸਿੰਘ ਬਹਾਦਰ, ਕਲਗੀ ਧਰ ਨੇ ਥਾਪੜਾ ਦੇ ਕੇ ਭੇਜਿਆ ਅਤੇ ਐਸਾ ਖੰਡਾ ਵਾਹਿਆ ਅਤੇ ਜਿਹੜਾ ਜ਼ਮਾਨਾ ਸੀ ਤਰਾ ਤਰਾ ਕਰ ਉੱਠਿਆ ਉਹਦੇ ਹੱਥ ਵੇਖ ਕੇ। ਤਾਂ ਉਹਨਾਂ ਦਾ ਜਿਹੜਾ ਪੰਥਕ ਜੀਵਨ ਹੈ ਨਾ ਪਿਆਰਿਓ, ਉਹ 8 ਕੁ ਸਾਲ ਦਾ ਹੈ। 1708 ਵਿੱਚ ਕਲਗੀਧਰ ਸੱਜੇ ਪਾਤਸ਼ਾਹ ਨਾਲ ਮੇਲ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਤਾਂ 1716 ਵਿੱਚ
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੈ। 8 ਕੁ ਸਾਲ ਦਾ ਪੰਥਕ ਜੀਵਨ ਹੈ। ਉਹਨਾਂ ਨੇ ਸੱਦ ਲਾਈ ਖਾਲਸੇ ਨੂੰ, ਖਾਲਸਾ ਜੀ ਇਕੱਠਾ ਹੋਵੋ, ਤੁਹਾਨੂੰ ਸਾਹਿਬਜ਼ਾਦੇ ਬਾਜਾ ਮੰਨ ਲੈਂਦੇ। ਆਮ ਕਿਰਤੀ ਲੋਕ ਇਕੱਠੇ ਹੋ ਕੇ ਆਏ। ਕੋਈ ਉਹਨਾਂ ਕੋਲ ਮਾਰੂ ਹਥਿਆਰ ਨਹੀਂ ਸੀ, ਆਮ ਹਥਿਆਰ ਸੀ। ਜੋ ਕੁਝ ਵੀ ਕਿਸੇ ਦੇ ਹੱਥ 'ਚ ਆ ਗਿਆ ਉਹ ਲੈ ਕੇ ਪਹੁੰਚਿਆ। ਗੱਲ ਨੇੜੇ ਕਰਾਂ, ਸਰਹੰਦ ਫਤਿਹ ਹੋ ਗਈ ਅਤੇ ਸਰਹੰਦ ਦੇ ਵਿੱਚ ਫਿਰ ਲੁੱਟ ਪਈ। ਇੱਥੇ ਸੀ ਬਾਬਾ ਆਲੀ ਸਿੰਘ। ਇਹ ਕੌਣ ਸੀ? ਇਸਲੌਦੀ ਪਿੰਡ ਦੇ ਰਹਿਣ ਵਾਲੇ ਸੀ, ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ। ਇਹ ਆਰਜੀ ਨਵੀਸ ਸੀ ਦਰਅਸਲ, ਬਾਬਾ ਆਲੀ ਸਿੰਘ। ਅੱਜ ਤਾਂ ਜਿਹੜੇ ਆਰਜੀ ਨਵੀਸ ਨੇ ਨਾ, ਕਚਹਿਰੀਆਂ ਦੇ ਬਾਹਰ ਬੈਠੇ ਨੇ, ਹੁਣ ਤਾਂ ਮੇਰੀ ਕੁਰਸੀਆਂ ਮਿਲ ਗਈਆਂ ਇਹਨਾਂ ਨੂੰ। ਪਰ ਪਹਿਲਾਂ ਕੀ ਸੀ, ਤੱਪੜ ਵਿਛਾ ਕੇ ਬਹਿੰਦੇ ਸੀ। ਜਿਹਨੇ ਵੀ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਅਰਜੀ ਦੇਣੀ ਹੁੰਦੀ ਸੀ, ਉਹ ਲਿਖਦੇ ਸੀ, ਅਰਜੀ ਲਿਖਦੇ ਸੀ। ਤਾਂ ਬਾਬਾ ਆਲੀ ਸਿੰਘ ਦੇ ਕੋਲ ਅਤੇ ਵਜੀਦਾ ਆ ਕੇ ਖੜ ਗਿਆ। ਕਹਿਣ ਲੱਗਿਆ ਕਿ ਨਾ ਆਲੀ ਸਿੰਘ ਜੀ, ਵੀ ਤੁਹਾਡੀ ਲਿਖਤ ਲਿਖਾਈ ਬੜੀ ਸੁੰਦਰ ਹੈ, ਬੜੇ ਸੋਹਣੇ ਅੱਖਰ ਹੁੰਦੇ ਨੇ ਤੁਹਾਡੇ, ਜਦੋਂ ਮੈਂ ਤੁਹਾਡੀ ਅਰਜੀ ਲਿਖੀ ਅਰਜੀ ਪੜ੍ਹਦਾ। ਕਹਿਣ ਲੱਗਿਆ ਵੀ ਇੱਕ ਚਿੱਠੀ ਮੇਰੀ ਵੀ ਲਿਖ ਦੇ। ਬਾਬਾ ਆਲੀ ਸਿੰਘ ਕਹਿੰਦੇ ਕਿ ਦੱਸੋ ਕੀ ਲਿਖਣਾ ਹੈ। ਕਹਿੰਦੇ ਮੈਂ ਸੁਣਿਆ ਵੀ ਇੱਕ ਬੰਦਾ ਸਿੰਘ ਬਹਾਦਰ ਆਇਆ ਵੀ ਬੜੀਆਂ ਜਿੱਤਾਂ ਉਹਨੇ ਹਾਸਲ ਕਰ ਲਈਆਂ ਨੇ ਅਤੇ ਬੜੇ ਲੋਕ ਉਹਦੇ ਕਾਰਨਾਮੇ ਵੇਖ ਕੇ ਉਹਦੀ ਤਾਰੀਫ਼ ਕਰਦੇ ਨੇ। ਲੈ ਮੇਰੇ ਵੱਲੋਂ ਉਹਨੂੰ ਇੱਕ ਚਿੱਠੀ ਲਿਖਾ ਵੀ ਜੇ ਤੂੰ ਐਡਾ ਵੱਡਾ ਸੂਰਮੈਂ, ਆਹ ਕਦੇ ਦੋ ਹੱਥ ਕਰੀਏ, ਤੈਨੂੰ ਯੁੱਧ ਕਰਨ ਦੇ ਤਰੀਕੇ ਦੱਸੀਏ, ਤੈਨੂੰ ਯੋਧਿਆਂ ਦੇ ਦਰਸ਼ਨ ਕਰਾਈਏ। ਬਾਬਾ ਆਲੀ ਸਿੰਘ ਨੇ ਇੱਕ ਬਚਨ ਲਿਖਿਆ। ਕਹਿਣ ਲੱਗੇ ਵਜੀਦਿਆ, ਚਿੱਠੀ ਲਿਖਣ ਦੀ ਤਾਂ ਲੋੜ ਹੀ ਨਹੀਂ, ਜੋ ਸੂਰਮਾ ਹੋਊਗਾ ਤੇ ਆਪਣੇ ਆਪ ਆ ਜੂ, ਉਹਨੂੰ ਚਿੱਠੀ ਲਿਖਣ ਦੀ ਲੋੜ ਨਹੀਂ। ਜੇ ਉਹ ਸੂਰਮਾ ਹੋਊਗਾ, ਤੇਰੇ ਰਾਜ ਦੀਆਂ ਜੜ੍ਹਾਂ ਪੁੱਟਣ ਵਾਸਤੇ ਉਹ ਆਪਣੇ ਆਪ ਆ ਜੂਗਾ। ਆਹ ਗੱਲ ਕਹਿਣ ਤੇ 1 ਮਹੀਨਾ ਜੇਲ੍ਹ 'ਚ ਪਾਤਾ ਸੀ ਬਾਬਾ ਆਲੀ ਸਿੰਘ ਨੂੰ। ਤੇ ਜਦੋਂ ਜੇਲ੍ਹ ਤੋਂ ਬਾਹਰ ਆਏ, ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਉਹ ਭਰਤੀ ਹੋ ਗਏ ਸੀ। ਤੇ ਜਦੋਂ ਫਿਰ ਸਰਹੰਦ ਫਤਿਹ ਕੀਤੇ, ਸਾਰੀਆਂ ਡਾਇਰੈਕਸ਼ਨਾਂ ਬਾਬਾ ਆਲੀ ਸਿੰਘ ਨੇ ਦਿੱਤੀਆਂ ਸੀ। ਉਹ ਵਕਤ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਬਾਬਾ ਜੀ, ਇਹ ਲੋਕ ਸੋਨਾ ਲੁੱਟਦੇ ਨੇ, ਚਾਂਦੀ ਲੁੱਟਦੇ ਨੇ, ਪੈਸੇ ਲੁੱਟਦੇ ਨੇ, ਲੁੱਟਣ ਦਿਓ, ਕਿਉਂਕਿ ਹੁਕਮਰਾਨਾਂ ਨੇ ਇਹਨਾਂ ਤੋਂ ਇਕੱਠਾ ਕੀਤਾ, ਲੁੱਟਣ ਦਿਓ ਸਾਰਾ ਕੁਝ, ਪਰ ਮੈਨੂੰ ਤੂੰ ਕੌਮੀ ਖਜ਼ਾਨੇ ਦੇ ਕੋਲ ਲੈ ਕੇ ਜਾ, ਉਹ ਕਿੱਥੇ ਹੈ? ਤਾਂ ਫਿਰ ਬਾਬਾ ਆਲੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਸਰਹੰਦ ਦੀਆਂ ਇੱਟਾਂ ਕੋਲ ਲੈ ਕੇ ਆਇਆ, ਜਿੱਥੇ ਧੰਨ ਬਾਬਾ ਜ਼ੋਰਾਵਰ ਸਿੰਘ ਅਤੇ ਧੰਨ ਬਾਬਾ ਫਤਿਹ ਸਿੰਘ ਜੀ ਨੀਹਾਂ 'ਚ ਚਲੇ ਗਏ ਸੀ। ਇਕੱਲੀ ਇੱਟ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਹੰਝੂਆਂ ਦੀ ਮੋਹਰ ਲਾਈ, ਮਿੱਟੀ ਚੁੱਕੀ, ਆਪਣੇ ਸੀਸ ਨੂੰ ਲਾਈ। ਕਹਿੰਦੇ ਆਹ ਮੇਰੀ ਕੌਮ ਦਾ ਅਸਲੀ ਖਜ਼ਾਨਾ। ਅਤੇ ਉੱਥੇ ਢੇਰੀ ਬਣਾ ਦਿੱਤੀ ਬਾਬਾ ਆਲੀ ਸਿੰਘ ਨੂੰ ਨਾਮ ਲਾ ਕੇ। ਸਮਾਂ ਆਊਗਾ, ਇਹ ਅਸਥਾਨਾਂ ਦੀ ਅਸੀਂ ਸੇਵਾ ਕਰਾਂਗੇ। ਉਹ ਵਕਤ ਜਦੋਂ ਖਾਲਸਾ ਰਾਜ ਪੈਦਾ ਹੋ ਗਿਆ, ਸਿੱਕਾ ਜਾਰੀ ਕੀਤਾ ਜਿਹਦੇ ਉੱਪਰ ਗੁਰੂ ਦੀ ਮੋਹਰ ਹੈ, ਗੁਰੂ ਦੀ ਮੋਹਰ। ਦੇਗ ਤੇਗ ਫਤਿਹ, ਨੁਸਰਤ ਬੇਦਰੰਗ, ਜਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇੱਕ ਦਿਨ ਕੀ ਹੋਇਆ, ਇੱਕ ਘੁਮਿਆਰ ਉਹਨੇ ਸਰਾਹੀ ਬਣਾਈ ਮਿੱਟੀ ਦੀ, ਵਧੀਆ ਬੇਲ ਬੂਟੇ ਉਹਦੇ ਉੱਪਰ ਪਾਏ ਅਤੇ ਸਰਾਹੀ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਰੱਖਤੀ। ਕਹਿਣ ਲੱਗਿਆ ਜੀ, ਬੜੇ ਪਿਆਰ ਨਾਲ ਬਣਾਈ ਹੈ ਮੈਂ, ਮੇਰੇ ਗਰੀਬ ਦੀ ਭੇਟ ਹੈ, ਇਹ ਤੁਹਾਡੇ ਕੋਲ ਲੈ ਕੇ ਆਇਆ, ਆਇਆ ਕਰੋ ਠੰਡਾ ਪਾਣੀ ਅੱਜ ਤੋਂ ਇਹਦੇ ਵਿੱਚ ਪੀਆ ਕਰੋ। ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਜਿੰਨੀਆਂ ਵੀ ਸੋਨੇ ਦੀਆਂ ਮੋਹਰਾਂ ਆਈਆਂ, ਉਹ ਗਰੀਬ ਘੁਮਿਆਰ ਦੀ ਝੋਲੀ 'ਚ ਪਾ ਦਿੱਤੀਆਂ। ਇਹ ਜਿਹੜੀ ਗੱਲ ਸੀ ਨਾ, ਕੁਝ ਕੁ ਸਿੱਖਾਂ ਨੇ ਮਾਤਾ ਸੁੰਦਰ ਕੌਰ ਕੋਲ ਪਹੁੰਚਾਤੀ ਦਿੱਲੀ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹੈ, ਇਹ ਕੌਮੀ ਖਜ਼ਾਨੇ ਨੂੰ ਲੁਟਾ ਰਹੇ ਆ, ਵੰਡ ਰਹੇ ਆ, ਮੋਹਰਾਂ ਹੀ ਵੰਡੀ ਜਾਂਦਾ। ਤਾਂ ਉਹ ਵਕਤ ਮਾਤਾ ਸੁੰਦਰ ਕੌਰ ਜੀ ਨੇ ਜਵਾਬ ਤਲਬੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀ ਲਿਖੀ ਮਾਤਾ ਜੀ ਨੂੰ ਕਿ ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ, ਜੇ ਤਾਂ ਮੈਂ ਖਜ਼ਾਨੇ ਜਮ੍ਹਾਂ ਕਰਦਾ, ਧਿਆਨ ਦਿਓ ਹੁਣ ਜਿਹੜੇ ਬਚਨ ਸੀ, ਜੇ ਤਾਂ ਮੈਂ ਲੋਕਾਂ ਨੂੰ ਲੁੱਟ ਕੇ ਖਜ਼ਾਨੇ ਜਮ੍ਹਾਂ ਕਰਦਾ ਤਾਂ ਤੁਸੀਂ ਮੇਰੀ ਜਵਾਬ ਤਲਬੀ ਕਰਦੇ, ਪਰ ਮੈਂ ਖਜ਼ਾਨੇ ਜਮ੍ਹਾਂ ਨਹੀਂ ਕਰ ਰਿਹਾ,
ਇਹ ਲੋਕਾਂ ਤੋਂ ਲੁੱਟੇ ਹੋਏ ਇਹਨਾਂ ਨੂੰ ਹੀ ਵਾਪਸ ਕਰ ਰਿਹਾ। ਇਹ ਲੋਕਾਂ ਤੋਂ ਲੁੱਟੇ ਹੋਏ ਇਹ ਲੋਕਾਂ ਨੂੰ ਹੀ ਵਾਪਸ ਕਰ ਰਿਹਾ ਤੇ ਜਗੀਰਦਾਰੀ ਸਿਸਟਮ ਭੰਗ ਕਰਕੇ ਲੋਕਾਂ ਨੂੰ ਜ਼ਮੀਨਾਂ ਦੇ ਹੱਕਦਾਰ ਬਣਾਇਆ ਸੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ। ਤੇ ਮੌਕੇ ਦੀਆਂ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੁੰਦਾ ਕਿ ਇੱਕ ਪਾਸੇ ਉਹ ਵਪਾਰੀ ਨੇ ਅੰਡਾਨੀ ਤੇ ਅੰਬਾਨੀ ਜਿਹੜੇ ਦੁਨੀਆਂ ਦੇ ਪਦਾਰਥਾਂ ਦੇ ਵਪਾਰੀ ਨੇ, ਇੱਕ ਪਾਸੇ ਖਾਲਸਾ ਉਹ ਵਪਾਰੀ ਹੈ ਜਿਹੜਾ ਸਿਰਾਂ ਦਾ ਵਪਾਰੀ ਹੈ। ਤੇਰਾ ਮੱਥਾ ਉਹਨਾਂ ਨਾਲ ਲੱਗਿਆ ਜਿਹੜੇ ਸਿਰਾਂ ਦੇ ਵਪਾਰੀ ਨੇ। ਜਾ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਬੀਜੈ ਕਾਣ ਨਾ ਕੀਜੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਾਂ ਆਓ ਹਮਾਰੇ ਪਾਸ। ਸਿੱਖ ਗੁਰੂ ਦੇ ਪਿਆਰ ਵਾਸਤੇ, ਸਿੱਖ ਆਪਣੇ ਹੱਕਾਂ ਲਈ, ਸਿੱਖ ਗੁਰੂ ਘਰ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਕਿਸੇ ਦਾ ਸਿਰ ਲਾ ਵੀ ਸਕਦਾ ਤੇ ਆਪਣਾ ਸਿਰ ਦੇ ਵੀ ਸਕਦਾ। ਕੋਈ ਅੱਤ ਕਥ ਨਹੀਂ, ਇਹ ਸਿਰ ਲਾਉਂਦਾ ਵੀ ਰਿਹਾ। ਪਹਿਲਾਂ ਮੱਸੇ ਰੰਗੜ ਦਾ ਲਾਇਆ ਸੀ ਤੇ ਹੁਣ ਕੱਲ੍ਹ ਪਰਸੋਂ ਦੀ ਘਾਟ ਮੈਂ ਸਿੱਖਾਂ ਨੇ ਫੇਰ ਲਾਤਾ। ਇਹ ਤਾਂ ਪਹਿਲਾਂ ਤੋਂ ਚੱਲਦਾ ਆ ਨਾ, ਇਹ ਗੁਰੂ ਦੇ ਪਿਆਰ ਵਿੱਚ ਸਿਰ ਲਾਉਂਦਾ ਵੀ ਹੈ ਤੇ ਆਪਣੇ ਸਿਰ ਕਟਾਉਂਦਾ ਵੀ ਹੈ। ਇਹ ਮੌਕੇ ਦੀਆਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ, ਇੱਕ ਪਾਸੇ ਦੁਨੀਆਂ ਦੇ ਵਪਾਰੀ ਨੇ ਤੇ ਇੱਕ ਪਾਸੇ ਸਿਰਾਂ ਦੇ ਵਪਾਰੀ ਨੇ। ਤੇ ਇਹਦਾ ਫੈਸਲਾ ਕੀ ਹੈ ਜਾਂ ਅੱਜ ਤੱਕ ਫੈਸਲੇ ਕੀ ਹੋਏ ਤਾਂ ਪਿਛਲਾ ਇਤਿਹਾਸ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ। ਆਓ ਇੱਕ ਦੋ ਬੇਨਤੀਆਂ ਕਰਕੇ ਮੈਂ ਸਮਾਪਤੀ ਵੱਲ ਆਵਾਂ। ਗੁਰੂ ਕੇ ਪਿਆਰੇ, ਮੋਰਚੇ ਪਹਿਲਾਂ ਵੀ ਲੱਗੇ, ਉਸ ਦਿਨ ਵੀ ਮੋਰਚਾ ਲੱਗਿਆ ਸੀ ਜਿਸ ਦਿਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਬਰ ਦੀ ਜੇਲ੍ਹ 'ਚ ਗਏ ਸੀ। 1100 ਚੱਕੀਆਂ ਆਪਣੇ ਆਪ ਚੱਲੀਆਂ, ਬਾਬਰ ਨੇ ਵੇਖ ਲਿਆ, ਕਿਸੇ ਦੇ ਚਿਹਰੇ ਉੱਪਰ ਵੀ ਉਦਾਸੀ ਨਹੀਂ, ਸੋਗ ਨਹੀਂ, ਕਿਸੇ ਦਾ ਸਿਰ ਨਹੀਂ ਝੁਕਿਆ, ਹਰ ਚਿਹਰੇ ਦੇ ਉੱਪਰ ਖੇਡ ਹੈ, ਆਨੰਦ ਹੈ, ਵਿਕਾਸ ਹੈ। ਹਰੇਕ ਸਿੱਖ ਦੇ ਕੋਲ ਕੋਈ ਨਾ ਕੋਈ ਖਜ਼ਾਨਾ ਹੈ, ਕਿੱਥੋਂ ਮਿਲਿਆ ਸੀ? ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਵਕਤ ਬਾਬਰ ਨੇ ਸੱਚੇ ਪਾਤਸ਼ਾਹ ਨੂੰ ਜਦੋਂ ਬਾਹਰ ਕੱਢਿਆ, ਕਹਿੰਦਾ ਮੇਰੇ ਲਈ ਕੀ ਹੁਕਮ ਹੈ? ਕਹਿੰਦੇ ਹੁਕਮ ਇਹੀ ਹੈ, ਜੇਲ੍ਹ ਖਾਲੀ ਕਰ, ਜਿੰਨੇ ਵੀ ਅੰਦਰ ਨੇ ਬਾਹਰ ਕੱਢ। ਉਹ ਪਹਿਲਾ ਮੋਰਚਾ ਸੀ ਜੋ ਗੁਰੂ ਨਾਨਕ ਮਹਾਰਾਜ ਨੇ ਜਿੱਤਿਆ। ਫਿਰ ਮੋਰਚਾ ਲੱਗਿਆ ਸੰਨ 1606 ਨੂੰ, ਧਿਆਨ ਦਿਓ। ਉਹ ਜਿਹੜਾ ਮੋਰਚਾ ਸੀ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਖੰਡਤਾ ਦਾ ਮੋਰਚਾ ਸੀ। ਅਖੰਡਤਾ ਕੀ ਕਹਿੰਦੇ ਸੀ ਮੌਕੇ ਦੀ ਹਕੂਮਤ? ਜਹਾਂਗੀਰ ਕੀ ਕਹਿੰਦਾ ਸੀ ਕਿ ਜਿਹੜਾ ਤੁਸੀਂ ਧਾਰਮਿਕ ਗ੍ਰੰਥ ਬਣਾਇਆ ਇਹਦੇ ਵਿੱਚ ਹਾਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਦੇ ਸ਼ਬਦ ਪਾ ਦਿਓ, ਤੁਹਾਨੂੰ ਛੱਡ ਦਾਂਗੇ। ਆ ਸੀ ਗੱਲ। ਸਭ ਤੋਂ ਵੱਡਾ ਕਾਰਨ ਇਹ ਹੈ, ਗੁਰੂ ਅਰਜਨ ਮਹਾਰਾਜ ਦੀ ਸ਼ਹੀਦੀ ਦਾ ਮੁੱਖ ਕਾਰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋ ਜਾਣਾ ਹੈ। ਬਾਕੀ ਹੇਠਲੇ ਕਾਰਨ ਨੇ, ਦੂਜੇ ਨੰਬਰ 'ਤੇ ਨੇ, ਮੁੱਖ ਕਾਰਨ ਇਹ ਸੀ। ਪਰ ਉਹ ਵਕਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਖੰਡਤਾ ਨੂੰ ਬਰਕਰਾਰ ਰੱਖਿਆ, 33 ਤਵੀ 'ਤੇ ਚੌਂਕੜਾ ਲਾਇਆ ਸੱਚੇ ਪਾਤਸ਼ਾਹ ਨੇ, ਗਰਮ ਬਾਲੂ ਸੀਸ ਵਿੱਚ ਪਵਾਇਆ ਅਤੇ ਦੇਗ ਵਿੱਚ ਉਬਾਲੇ ਖਾਧੇ, ਆਪਣਾ ਸਰੀਰ ਪਰੇ ਕਰ ਲਿਆ, ਪਰ ਮੋਰਚਾ ਉਹਨਾਂ ਨੇ ਵੀ ਜਿੱਤ ਲਿਆ। ਫਿਰ ਮੋਰਚਾ ਲੱਗਿਆ ਸੀ ਗਵਾਲੀਅਰ ਦੇ ਕਿਲ੍ਹੇ 'ਚ, ਗਵਾਲੀਅਰ ਦੇ ਕਿਲ੍ਹੇ ਵਿੱਚ ਵੀ ਮੋਰਚਾ ਲੱਗਿਆ। ਜਦੋਂ ਸੱਚੇ ਪਾਤਸ਼ਾਹ ਬਾਹਰ ਆਏ ਤਾਂ ਜਿੰਨੇ ਵੀ ਉੱਥੇ ਰਾਜੇ ਸੀ ਨਾ, ਸਾਰਿਆਂ ਨੂੰ ਆਪਣਾ ਪੱਲਾ ਫੜਾ ਕੇ ਗੁਰੂ ਮਹਾਰਾਜ ਸਾਰਿਆਂ ਨੂੰ ਆਜ਼ਾਦ ਕਰਾਉਂਦੇ ਨੇ। ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਉਹ ਇਤਿਹਾਸ ਵੀ ਸਾਡੇ ਸਾਹਮਣੇ ਹੈ। ਤਾਂ ਸਮੇਂ ਸਮੇਂ 'ਤੇ ਫਿਰ ਖਾਲਸਾ ਰਾਜ ਆਉਂਦਾ, ਫਿਰ ਜੈਤੋ ਕਾ ਮੋਰਚਾ, ਗੁਰੂ ਕੇ ਲਾਹੌਰ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਫਿਰ ਧਰਮ ਯੁੱਧ ਮੋਰਚਾ। ਮੋਰਚਿਆਂ ਦਾ ਇਤਿਹਾਸ ਬਹੁਤ ਲੰਮਾ, ਬਹੁਤ ਲੰਮਾ। ਪਰ ਸਾਨੂੰ ਸਮਝ ਲੈਣਾ ਚਾਹੀਦਾ, ਨੀਤੀ ਚਾਰ ਤਰ੍ਹਾਂ ਦੀ ਹੈ। ਇੱਕ ਨੀਤੀ ਹੈ ਸ਼ੁਕਰ ਨੀਤੀ। ਜਦੋਂ ਤੁਸੀਂ ਨੀਤੀ ਦਾ ਇਤਿਹਾਸ ਪੜ੍ਹੋਗੇ, ਸ਼ੁਕਰ ਹੋਇਆ ਉਹਨੇ ਬ੍ਰਹਮਾ ਤੋਂ ਵਿੱਦਿਆ ਲਈ ਸੀ, ਉਹਨੇ ਸ਼ੁਕਰ ਨੀਤੀ ਲਿਖੀ। ਫਿਰ ਦੂਸਰੀ ਹੈ ਬੇਦਰ ਨੀਤੀ, ਤੀਸਰੀ ਹੈ ਭਰਥਰੀ ਦੀ ਨੀਤੀ। ਉਹਦੇ ਤਿੰਨ ਗ੍ਰੰਥ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ ਅਤੇ ਸੰਗਾਰ ਸ਼ਤਕ, ਭਰਥਰੀ ਨੀਤੀ। ਅਤੇ ਚੌਥੀ ਹੈ ਚਾਣਕਾ ਨੀਤੀ, ਜਿਹੜੀ ਸਭ ਤੋਂ ਖਤਰਨਾਕ ਹੈ। ਸਭ ਤੋਂ ਕਦੋਂ ਸ਼ੁਰੂ ਹੋਈ ਸੀ ਜੀ ਇਹ?
ਦੁਆਪਰ ਯੁੱਗ 'ਚ ਸ਼ੁਰੂ ਹੋਈ ਸੀ। ਕਿਹਨੇ ਸ਼ੁਰੂ ਕੀਤੀ ਸੀ? ਸ਼ੁਕਨੀ ਨੇ। ਸ਼ੁਕਨੀ ਕੌਣ ਸੀ? ਦੁਰਯੋਧਨ ਅਤੇ ਦੁਸ਼ਾਸਨ ਦਾ ਮਾਮਾ ਸੀ ਸ਼ੁਕਨੀ। ਇੱਥੋਂ ਸ਼ੁਰੂ ਹੋਈ ਸੀ, ਇਹਨੇ ਕੀਤੀ ਸੀ। ਫਿਰ ਕੋਟਲ ਨੀਤੀ ਅਹਿਜੀ ਖੇਡੀ ਇਹਨੇ ਕਿ ਦੋ ਪਰਿਵਾਰਾਂ ਵਿੱਚ ਭੇਡ ਪਵਾਤਾ, 18-19 ਫੌਜ ਮਹਾਂਭਾਰਤ ਦੇ ਜੰਗ ਵਿੱਚ ਖਤਮ ਹੋ ਗਈ। ਚਾਰ ਨੀਤੀਆਂ ਨੇ। ਫਿਰ ਨੀਤੀਆਂ ਦੇ ਅੱਗੇ ਪ੍ਰਕਾਰ ਨੇ। ਸਭ ਤੋਂ ਪਹਿਲਾ ਪ੍ਰਕਾਰ ਹੈ ਧਰਮ ਨੀਤੀ। ਧਰਮ ਨੀਤੀ ਕਹਿੰਦੀ ਹੈ ਵੀ ਦੂਜੇ ਦਾ ਕੁਝ ਨਹੀਂ ਵਿਗੜਨਾ ਚਾਹੀਦਾ, ਤੇਰਾ ਭਾਵੇਂ ਕੱਖ ਨਾ ਰਹੇ। ਧਰਮ ਨੀਤੀ ਹੈ ਜੀ ਇਹ। ਤੈਨੂੰ ਦੂਜਿਆਂ ਲਈ, ਦੂਜੇ ਘਰ ਵਿੱਚ ਵਸਣ, ਤੂੰ ਆਪਣਾ ਘਰ ਛੱਡ ਜਾਈ, ਕੋਈ ਅੱਤ ਕਥ ਨਹੀਂ। ਐਸੇ ਹੀ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸ ਵੇਖੋ ਕੀ ਹੈ। ਇਹ ਧਰਮ ਨੀਤੀ ਹੈ, ਦੂਜੇ ਦਾ ਕੁਝ ਨਾ ਜਾਵੇ, ਤੇਰਾ ਭਾਵੇਂ ਕੱਖ ਨਾ ਰਹੇ। ਅਤੇ ਦੂਸਰੀ ਹੈ ਰਾਜਨੀਤੀ। ਰਾਜਨੀਤੀ ਕੀ ਹੁੰਦੀ ਹੈ? ਵੀ ਆਪਣਾ ਆਪ ਵੀ ਬਚਾਉਣਾ, ਤੇਰਾ ਵੀ ਨੁਕਸਾਨ ਨਾ ਹੋਵੇ ਅਤੇ ਦੂਜੇ ਦਾ ਨੁਕਸਾਨ ਨਾ ਹੋਵੇ। ਫਿਰ ਤੀਜੀ ਹੈ ਕੋਟਲ ਨੀਤੀ। ਕੋਟਲ ਨੀਤੀ, ਕੋਟਲ ਨੀਤੀ ਉਹ ਹੈ ਵੀ ਤੇਰਾ ਕੱਖ ਵਿਗੜਨਾ ਨਹੀਂ ਚਾਹੀਦਾ ਅਤੇ ਦੂਜੇ ਦਾ ਕੱਖ ਰਹਿਣਾ ਨਹੀਂ ਚਾਹੀਦਾ। ਫਿਰ ਕੋਟਲ ਨੀਤੀ ਦੇ ਚਾਰ ਦਾਨ ਨੇ, ਸ਼ਾਨ, ਦਾਨ, ਭੇਦ ਅਤੇ ਦੰਡ। ਸ਼ਾਮ, ਸ਼ਰਨ ਵਿੱਚ ਆ ਜਾਣਾ, ਕਹਿਣਾ ਵੀ ਤੁਹਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਨਾ, ਹੋਇਆ ਸੀ ਕਿਹਾ, ਹੋਇਆ ਸੀ ਦਿੱਲੀ ਦੀ ਧਰਤੀ ਵਿੱਚ। ਗਾਂਧੀ ਗਰਾਊਂਡ ਵਿੱਚ ਬਹੁਤ ਵੱਡਾ ਇਕੱਠ ਸੀ। ਜਥੇਦਾਰ ਸੰਤੋਖ ਸਿੰਘ ਦਿੱਲੀ ਕਮੇਟੀ ਦੇ ਉਹ ਵਕਤ ਮੁੱਖ ਸੇਵਾਦਾਰ ਸੀ। ਇੰਦਰਾ ਗਾਂਧੀ ਆਈ, ਡਾਢਾ ਇਕੱਠ ਵੇਖ ਕੇ ਕਹਿਣ ਲੱਗੀ ਸਿੱਖੋ, ਅੱਜ ਮੈਨੂੰ ਦੂਰਬੀਨ ਦੀ ਲੋੜ ਹੈ, ਮੈਂ ਅੱਖਾਂ ਸਾਹਮਣੇ ਦੂਰਬੀਨ ਲਾ ਕੇ ਸਾਰੇ ਸਿੱਖਾਂ ਨੂੰ ਵੇਖ ਸਕਾਂ। ਪ੍ਰਿੰਸੀਪਲ ਸਤਵੀਰ ਸਿੰਘ ਉੱਠੇ, ਮੈਂ ਕਿਤੇ ਹੱਥ ਮਾਰਿਆ, ਕਹਿਣ ਲੱਗੇ ਬੀਬੀ ਆਹੀ ਤਾਂ ਗਲਤੀ ਹੈ, ਜਦੋਂ ਤੁਸੀਂ ਸਿੱਖਾਂ ਨੂੰ ਵੇਖਦੇ ਹੋ ਦੂਰਬੀਨ ਲਾ ਕੇ ਵੇਖਦੇ ਹੋ, ਇਹਨਾਂ ਨੂੰ ਨੇੜੇ ਹੋ ਕੇ ਵੇਖੋ ਇਹ ਹੈ ਕੀ ਨੇ, ਇਹਨਾਂ ਨੂੰ ਨੇੜੇ ਹੋ ਕੇ ਵੇਖੋ, ਸਿੱਖਾਂ ਨੂੰ ਦੂਰਬੀਨ ਲਾ ਕੇ ਨਾ ਵੇਖੋ, ਇਹਨਾਂ ਦੇ ਨੇੜੇ ਬਹਿ ਕੇ ਵੇਖੋ, ਫਿਰ ਤੁਹਾਨੂੰ ਇਹਨਾਂ ਵਿੱਚੋਂ ਰੱਬ ਦਿਸੂਗਾ। ਆਹੀ ਗਲਤੀ ਮੌਕੇ ਦੀ ਹਕੂਮਤਾਂ ਨੇ ਕੀਤੀ ਹੈ ਨਾ, ਉਹ ਜਦੋਂ ਵੀ ਸਾਨੂੰ ਵੇਖਦੀਆਂ ਨੇ ਦੂਰਬੀਨ ਲਾ ਕੇ ਵੇਖਦੀਆਂ ਨੇ, ਨੇੜੇ ਹੋ ਕੇ ਨਹੀਂ ਵੇਖਦੀਆਂ ਸਾਡੇ। ਸ਼ਾਮ, ਦਾਮ, ਪੈਸਾ, ਫਿਰ ਭੇਦ, ਟੁਕੜੇ ਟੁਕੜੇ ਕਰ ਦੇਣਾ, ਖੰਡਾ ਦੇਣਾ ਸਾਰਿਆਂ ਨੂੰ, ਅਤੇ ਫਿਰ ਆ ਦੰਡ, ਸਜ਼ਾ। ਹੁਣ ਪਤਾ ਹੀ ਹੈ ਨਾ, ਕਾਲੇ ਚਿੱਠੇ ਸਾਰੇ ਲੀਡਰਾਂ ਦੇ ਸੈਂਟਰ ਕੋਲ ਨੇ, ਕਿਹਨੇ ਕਿੱਥੇ ਕਿੰਨਾ ਗਵਨ ਕੀਤਾ, ਕਿੰਨੀ ਪ੍ਰੋਪਰਟੀ ਬਣਾਈ, ਕਿੱਥੇ ਕਿੱਥੇ ਕਦੋਂ ਕਦੋਂ ਕੀ ਹੋਇਆ, ਸਾਰਾ ਕੁਝ ਪਤਾ। ਅਤੇ ਹੁਣ ਕੀ ਹੋ ਰਿਹਾ ਤੁਹਾਨੂੰ ਪਤਾ ਨਾ, ਨੀਲੀਆਂ ਦਸਤਾਰਾਂ ਵਾਲੇ ਲਾ ਕੇ ਦਸਤਾਰਾਂ ਖਾਕੀ ਨੀਕਰਾਂ ਪਾ ਰਹੇ ਨੇ, ਅਤੇ ਕਈਆਂ ਨੇ ਪਾਉਣੀਆਂ ਵੀ ਨੇ ਆਉਣ ਵਾਲੇ ਦਿਨਾਂ 'ਚ। ਸ਼ਾਮ, ਦਾਮ, ਭੇਦ ਅਤੇ ਦੰਡ। ਜੇ ਬਚਣਾ ਹੈ ਨਾ, ਹੁਣ ਗੱਲ ਕਰੀਏ ਅਗਲੀ, ਹੁਣ ਕਰਨਾ ਕੀ ਹੈ? ਅੱਗੇ ਕਰਨਾ ਕੀ ਹੈ? ਉਹ ਇੱਕੋ ਚੀਜ਼ ਹੈ, ਇੱਕੋ ਚੀਜ਼ ਹੈ, ਘਰ ਫੁੱਟੀ ਹਰਨਾਕਸ਼ ਮਰਿਆ ਜਿਹੜਾ ਰੱਬੀ ਦਾਅਵੇ ਕਰਦਾ। ਘਰ ਫੁੱਟੀ ਹਰਨਾਕਸ਼ ਮਰਿਆ ਜਿਹੜਾ ਰੱਬੀ ਦਾਅਵੇ ਕਰਦਾ, ਫੁੱਟਨੇ ਹੀ ਮਾਰਿਆ ਰਾਵਣ, ਇੰਦਰ ਜਿਸ ਤੋਂ ਡਰਦਾ, ਖਾਲਸਾ ਰਾਜ ਖਤਮ ਕਰਾ ਲਿਆ ਕਾਬਲ ਜਿਸ ਤੋਂ ਡਰਦਾ। ਫੁੱਟ ਨਹੀਂ ਪਾਇਆ ਸੀ ਇਹ ਸਾਰਾ ਕੁਝ, ਹੁਣ ਇਕੱਠੇ ਹੋਣ ਦੀ ਲੋੜ ਹੈ। ਝਾੜੂ ਇਕੱਠਾ ਰਹੇ, ਵੱਖ ਵੱਖ ਤੀਲਾਂ ਜੁੜ ਕੇ ਝਾੜੂ ਬਣਦੀਆਂ ਨੇ, ਝਾੜੂ ਹੋਵੇ ਇਕੱਠਾ, ਤੀਲਾਂ ਹੋਣੇ ਇਕੱਠੀਆਂ, ਘਰ ਦਾ ਕੂੜਾ ਕਰਕਟ ਹੂੰਝ ਕੇ ਘਰ ਤੋਂ ਬਾਹਰ ਕਰ ਦਿੰਦੀਆਂ ਨੇ। ਮਾਫ਼ ਕਰਨਾ ਜੇ ਝਾੜੂ ਖੁੱਲ ਜੇ, ਖੁਦ ਕੂੜਾ ਬਣਦਾ, ਹੋਰ ਕੂੜੇ ਦੀ ਲੋੜ ਨਹੀਂ, ਉਹ ਖੁਦ ਹੀ ਕੂੜਾ ਬਣ ਜਾਂਦਾ ਹੈ। ਅੱਜ ਕੌਮ ਨੂੰ ਜਾਗਣ ਦੀ ਲੋੜ ਹੈ। ਆਹ ਦੋ ਤਿੰਨ ਦਿਨ ਜਿਹੜੇ ਪਿਛਲੇ ਬਤੀਤ ਹੋਏ ਨੇ, ਕੀ ਹੋ ਰਿਹਾ ਇਹਦੇ ਵਿੱਚ ਤੁਹਾਡੇ ਸਾਹਮਣੇ ਹੈ? ਇਸ ਤੋਂ ਉੱਪਰ ਕੀ ਹੋ ਸਕਦਾ ਹੈ ਕਿ ਹਰਿਮੰਦਰ ਸਾਹਿਬ ਤੱਕ ਪਹੁੰਚ ਜਾਣ ਲੋਕ, ਉਹ ਆਪ ਨਹੀਂ ਆਏ, ਉਹਨਾਂ ਦੀ ਡੋਰੀ ਕਿਸੇ ਹੋਰ ਦੇ ਹੱਥ ਹੈ। ਜਿਵੇਂ ਉਹ ਪਿੱਛੋਂ ਚਲਾ ਰਹੇ ਨੇ ਅਤੇ ਉਹ ਅੱਗੇ ਚੱਲਦੇ ਜਾ ਰਹੇ ਨੇ, ਔਰ ਉਹਨਾਂ ਨੇ ਦੱਸ ਦਿੱਤਾ ਵੀ ਸਾਡੇ ਵਰਗੇ ਹੋਰ ਵੀ ਲੋਕ ਨੇ ਇਸ ਤਰ੍ਹਾਂ ਦੇ, ਸਾਨੂੰ ਛੱਡਿਆ ਗਿਆ ਹੈ, ਸਾਨੂੰ ਭੇਜਿਆ ਗਿਆ। ਗੁਰੂ ਪਿਆਰਿਓ, ਜੇ ਆਪਣੇ ਆਪ ਨੂੰ ਬਚਾਉਣਾ ਨਾ, ਹੁਣ ਇੱਕ ਹੋਣ ਦੀ ਲੋੜ ਹੈ। ਹੋਏ ਇਕੱਤਰ, ਮਿਲੋ ਮੇਰੇ ਭਾਈ, ਇਹ ਦਿਲ 'ਚ ਵਸਾਉਣਾ ਪੈਣਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ ਪਿਛਲੇ ਦਿਨੀ, ਜਿੱਥੋਂ ਦਾਸ ਨੇ ਇਹ ਬੇਨਤੀ ਸ਼ੁਰੂ ਕੀਤੀ ਸੀ ਕਿ ਸਿੱਖੀ ਦਾ ਕਰਦਾਰ ਮੌਕੇ ਦੀਆਂ ਹਕੂਮਤਾਂ ਨੇ
मीडिया नूं अपने हाथ विच करके समय समय ते दागी करन दा यतन कीता, पर वह अकाल पुरख की ऐसी कृपा हुई सिखां दा किरदार पूरी मनुखता दे अगे उगड़ गया कि उत्थे मोर्चे दे विच कोई गुरबाणी का पाठ कर रहे हैं, कोई हवन कर रहे हैं, उत्थे कोई गुरु के सवारी नवाज पढ़ रहे हैं, तो गुरु के लंगर खुले चल रहे हैं। तिरकेस टकैत का बयान है यह मीडिया के अगे, कहिंदे इह मोर्चा इन्ना लम्मा समा नहीं सी चल सकता जे गुरु घर के लंगर ना होंदे। यह मोर्चा इन्ना लम्मा समा नहीं सी चलना जे गुरु घर के लंगर ना होंदे। सुनी अरदास स्वामी मेरा सर्व कला बन आई, प्रगट पई सगले युग अंतर गुरु नानक की पढ़िया। आ तुक पढ़ीए फिर आप समाप्ति वाल आईए। गुरु नानक के वड्याई, गुरु नानक के वड्याई, गुरु नानक के वड्याई, गुरु नानक के वड्याई, गुरु नानक के गुरु नानक के प्रगट पाई सगले जुगे अंतर, 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 वाहे गुरु वाहे गुरु वाहे गुरु वाहे गुरु। जी वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। जी वाहे गुरु वाहे गुरु वाहे गुरु वाहे गुरु। गुरु नानक के वड्याई, गुरु नानक के वड्याई, गुरु नानक के वड्याई, गुरु नानक के वड्याई, गुरु नानक के बहुत बहुत धन्यवाद। सबू संगत ने बड़े प्यार नाल सरवण किया है, विचारा करदियां होईयां बेअंत भुल्लां। सतगुरु जी सतगुरां दी साजी नवाजी संगत बख्शन योग है जी, बख्श लैणा आओ। गुरु घर दे मुख सेवादार सरदार त्रिलोचन सिंह जी कुछ कु मिंटां वास्ते गुरु की संगतां दे सन्मुख होणगे, उपरंत आनंद साहब छे पौड़ियां का जाप अरदास बेनती होगी कि जी वाहिगुरु जी का खालसा वाह।